आधर देवत जा
ਇੱਕ ਦਿਲ ਨਹੀਂ ਵਿਸਰੇ ਨਾਨਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਲੇ ਯਾਰਾ ਖੁਸ਼ਖਬਰੀ, ਹੱਲੇ ਯਾਰਾ ਖੁਸ਼ਖਬਰੀ। ਤੇਰੇ ਬੋਲ,
Thank you.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਛੱਡਣਾ ਗੁਰਾਂ ਨੇ ਸਾਨੂੰ ਇਹੋ ਦੱਸਿਆ। ਸਾਡਾ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਪਿਆਰ ਜੀ ਹੋਰ ਕੋਈ ਆਸਰਾ ਨਹੀਂ। ਸਾਡਾ ਤੇ ਨਿਮਾਣਿਆ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਹੋਰ ਕੋਈ ਆਸਰਾ ਨਹੀਂ, ਹੋਰ ਕੋਈ ਆਸਰਾ ਨਹੀਂ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਾਰੀ ਸੰਗਤ ਮਿਲ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਿਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਈ ਸੱਚ ਸਾਰੇ ਜੁੜੋ ਇੱਕ ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਜਿੰਨੀ ਵੀ ਸੰਗਤ ਬੈਠੀ ਸਾਰੇ ਜੁੜੋ ਭਾਈ, ਨੇਤਰ ਬੰਦ ਕਰੋ, ਸਾਰੇ ਜਪੋ ਵਾਰੀ ਸਿਰ, ਕੋਈ ਰਸਨਾ ਵਾਂਝੀ ਨਾ ਰਹੇ, ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ, ਬੋਲੋ ਭੈਣਾਂ ਸਾਰੀਆਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਫਿਰਤ ਪ੍ਰਭ ਆਇਆ। ਕਰੋ ਬੇਨਤੀ, ਸਾਧ ਸੰਗਤ ਭਾਵਨਾ ਦੇ ਨਾਲ ਨਾ ਗੁਰੂ ਦੇ ਚਰਨ ਫੜ ਕੇ ਫਿਰ ਬੇਨਤੀ ਕਰੋ। ਫਿਰਤ ਫਿਰਤ ਪ੍ਰਭ ਆਇਆ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਾਹਿਬ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਸਜ ਕਰਕੇ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਰੀ ਸੰਗਤ ਆਪਦੀ ਹਾਜ਼ਰੀ ਸਤਿਗੁਰਾਂ ਦੇ ਪਿਆਰ ਚਲੋ ਆਓ। ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਬੜੀ ਮਿਹਰ ਕੀਤੀ ਹੈ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਸੂਤਾ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ, ਜਿਨ੍ਹਾਂ ਦੀ ਨਿਰਵਿਘਨਤਾ ਸਹਿਤ ਸਪੁਰਨਤਾਈ ਹੋਈ। ਆਪ ਜੀ ਨੇ ਹੁਕਮਨਾਮੇ ਸਾਹਿਬ ਸਰਵਣ ਕੀਤੇ,
ਉਪਰੰਤ ਬੱਚੀਆਂ ਨੇ ਬੜੇ ਪਿਆਰੇ ਸ਼ਬਦ ਪੜ੍ਹੇ। ਭਾਈ ਹਰਵਾਜ ਸਿੰਘ ਜੀ ਨੇ ਧਾਰਨਾ ਸੁਣਾ ਕੇ ਆਪ ਜੀ ਨੂੰ ਨਿਹਾਲ ਕੀਤਾ। ਹੁਣ ਥੋੜ੍ਹਾ ਜਿਹਾ ਸਮਾਂ ਆਪਾਂ ਨੇ ਹੋਰ ਜੁੜਨਾ ਹੈ ਆਪਣੇ ਮੂਲ ਦੇ ਨਾਲ, ਜਿੱਥੋਂ ਅਸੀਂ ਵਿਛੜੇ ਹੋਏ ਹਾਂ। ਸਤ ਸੰਗਤ ਇੱਕ ਬੇਨਤੀ ਤੋਂ ਕੀਰਤਨ ਦੀ ਆਰੰਭਤਾ ਕੀਤੀ ਆਪਾਂ ਨੇ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨ ਆਏ ਤੋਂ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤ ਸੰਗਤ ਕੀ ਮੰਗਿਆ ਬੇਨਤੀ ਦੇ ਰੂਪ ਚ ਸਤਿਗੁਰਾਂ ਤੋਂ, ਕਿਹੇ ਸਤਿਗੁਰੂ ਮੈਂ ਬੜੀ ਜਗ੍ਹਾ ਫਿਰ ਫਿਰ ਕੇ ਜਾਇਓ ਕਹਿ ਲਓ ਕਿ ਬਹੁਤ ਜਨਮਾਂ ਤੋਂ ਭਟਕ ਭਟਕ ਕੇ ਮੈਨੂੰ ਆਪ ਜੀ ਦਾ ਮਿਲਾਪ ਹੋਇਆ ਹੈ, ਪਾਛਾ ਮੈਂ ਆਪ ਜੀ ਦੀ ਸ਼ਰਨ 'ਚ ਪਿਆ ਆਪ ਦੀ ਕਿਰਪਾ ਨਾਲ, ਅਤੇ ਮੇਰੇ 'ਤੇ ਕਿਰਪਾ ਕਰੋ, ਮੈਨੂੰ ਭਗਤੀ ਦੀ ਦਾਤ ਬਖਸ਼ੋ। ਭਗਤੀ ਕੀ ਹੁੰਦੀ? ਪਰਮੇਸ਼ੁਰ ਨਾਲ ਰੱਬ ਨਾਲ ਪ੍ਰੇਮ ਕਰਨਾ, ਉਸੇ ਨੂੰ ਗੁਰੂ ਨਾਨਕ ਘਰ ਨੇ ਭਗਤੀ ਮੰਨਿਆ। ਔਰ ਇਹ ਜੀਵਨ ਕੇਵਲ ਇੱਕ ਵਾਹਿਗੁਰੂ ਨਾਲ ਪ੍ਰੇਮ ਕਰਨ ਵਾਸਤੇ ਮਿਲਿਆ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਪ੍ਰੇਮ ਅਤੇ ਭਾਵਨਾ ਦੇ ਨਾਲ, ਇੱਕੋ ਤੱਤ ਸਾਹਮਣੇ ਆਉਂਦਾ ਹੈ ਕਿ ਜੀਵਨ ਦਾ ਲਕਸ਼ ਕੇਵਲ ਇੱਕ ਵਾਹਿਗੁਰੂ ਨਾਲ ਜੁੜਨਾ ਹੈ, ਹੋਰ ਦੂਜੀ ਗੱਲ ਨਹੀਂ ਹੈ। ਭਜੋ ਗੋਬਿੰਦ ਭੂਲ ਮਤ ਜਾਹੋ, ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਸੰਗਤ ਜੀ, ਅਸੀਂ ਬੇਹੋਸ਼ੀ 'ਚ ਜੀਵਨ ਬਤੀਤ ਕਰਦੇ ਹਾਂ। ਹਿਰਦਿਆਂ 'ਚ ਧਿਆਨ ਮਾਰ ਕੇ ਦੇਖੋ, ਅੱਜ ਅਸੀਂ ਗੁਰੂ ਘਰ ਦੇ 'ਚ ਆਏ ਹਾਂ, ਜਦੋਂ ਥੋੜ੍ਹਾ ਜਿਹਾ ਅਵੇਅਰ ਹੋ ਕੇ ਆਪਣੇ ਆਪ ਨੂੰ ਦੇਖੋਗੇ ਤਾਂ ਲੱਗੂਗਾ ਕਿਤੇ ਨਾ ਕਿਤੇ ਅਸੀਂ ਅਸਲੀਅਤ ਤੋਂ ਦੂਰ ਹਾਂ। ਜੋ ਗੁਰੂ ਘਰ ਆਉਣ ਦਾ ਮਕਸਦ ਹੈ, ਜੋ ਲਕਸ਼ ਹੈ, ਉਸ ਤੋਂ ਅਸੀਂ ਦੂਰ ਹਾਂ। ਖਿਆਲਾਂ ਕਰਕੇ ਅਸੀਂ ਉਸ ਮਕਸਦ ਤੋਂ ਟੁੱਟੇ ਹੋਏ ਹਾਂ। ਗੁਰਮੁਖੋ, ਗੁਰੂ ਸਾਹਿਬ ਵਾਰ 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 ਪ੍ਰੇਰਣਾ, ਵਾਰ ਵਾਰ ਪਰਮੇਸ਼ੁਰ ਵੱਲ, ਉਹਦੇ ਨਾਮ ਵੱਲ, ਉਹਦੀ ਭਗਤੀ ਵੱਲ, ਉਹਦੀ ਸਿਫਤ ਸਲਾਹ ਵੱਲ, ਤਾਂ ਕਿ ਸਾਡਾ ਮਨ ਜੁੜ ਜਾਵੇ। ਪਰ ਬੇਹੋਸ਼ੀ 'ਚ ਹੋਣ ਕਰਕੇ ਨਹੀਂ ਜੁੜਦਾ, ਕਿਉਂਕਿ ਜਿਹੜਾ ਬੇਹੋਸ਼ ਬੰਦਾ ਉਹਦੇ ਕੋਲ ਭਾਵੇਂ ਹਜ਼ਾਰਾਂ ਲੋਕ ਵੀ ਖੜ੍ਹੇ ਰਹਿਣ, ਉਹਨੂੰ ਸਾਧ ਸੰਗਤ ਪਤਾ ਹੀ ਨਹੀਂ ਹੁੰਦਾ, ਕਿਉਂਕਿ ਬੇਹੋਸ਼ ਹੈ। ਗੁਰੂ ਸਾਹਿਬ ਕਿੱਡੀ ਵੱਡੀ ਵੀ ਸਾਡੇ 'ਤੇ ਬਖਸ਼ਿਸ਼ ਕਰਨ, ਜਿਹੜਾ ਬੇਹੋਸ਼ੀ 'ਚ ਬੈਠਾ ਉਹਨੂੰ ਗੁਰੂ ਸਾਹਿਬ ਦੇ ਬਚਨ ਸਮਝ ਨਹੀਂ ਆਉਣਗੇ, ਉਹਦੇ ਪੱਲੇ ਨਹੀਂ ਪੈਣਗੇ। ਸਾਧ ਸੰਗਤ ਇੱਕੋ ਹੀ ਗੱਲ ਹੈ ਬਸ, ਰੱਬ ਨਾਲ ਪਿਆਰ, ਇੱਥੇ ਦੂਜੀ ਗੱਲ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ, ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਸੇ ਦਾ ਨਾਮ ਭਗਤੀ ਹੈ, ਕਿਉਂਕਿ ਪਰਮੇਸ਼ੁਰ ਜਿਹੜਾ ਹੈ, ਗੁਰੂ ਜਿਹੜਾ ਹੈ, ਕੇਵਲ ਅਤੇ ਕੇਵਲ ਇੱਕ ਪ੍ਰੇਮ ਦੀ ਬੋਲੀ ਸਮਝਦਾ, ਹੋਰ ਕੋਈ ਦੂਜੀ ਨਹੀਂ। ਮੋਹ ਕੇ ਬੋਲਣ ਬੋਲੀ ਹੈ, ਜਿੱਤ ਸੁਣ ਧਰੇ ਪਿਆਰ, ਧਰੇ ਪਿਆਰ।
ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਵਿਚਾਰ ਕੇਵਲ ਇੱਕ ਪ੍ਰੇਮ ਦੀ ਬੋਲੀ, ਉਹਦੇ ਨਾਲ ਪ੍ਰੇਮ ਕਰੋ ਬਸ, ਦੂਜੀ ਗੱਲ ਨਹੀਂ। ਇਸੇ ਨੂੰ ਭਗਤੀ ਕਿਹਾ। ਇਹੀ ਦਾਤ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਣੀ ਹੈ, ਪਾਤਸ਼ਾਹ ਇਹ ਪ੍ਰੇਮਾ ਭਗਤੀ ਦੀ ਦਾਤ ਮੇਰੀ ਝੋਲੀ 'ਚ ਪਾ ਦੇ। ਮੈਂ ਨੌਵੇਂ ਪਾਤਸ਼ਾਹ ਦਾ ਜਦੋਂ ਹੁਣ ਅਸੀਂ ਸਲੋਕ ਸਰਵਣ ਕਰਾ ਰਹੇ ਸੀ, ਬੜੇ ਪ੍ਰੇਮ ਨਾਲ ਸੰਗਤਾਂ ਸਰਵਣ ਕਰ ਰਹੀਆਂ ਸੀ, ਸੰਗਤ ਜੀ ਇੱਕ ਸਲੋਕ ਆਇਆ। ਦੇਖੋ, ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਕਿ ਗੁਰਬਾਣੀ ਸਾਡੇ ਅੰਦਰ ਜਾਗਰੂਕਤਾ ਪੈਦਾ ਕਰਦੀ ਹੈ। ਜਿਹੜਾ ਸਤਿਗੁਰੂ ਹੈ ਨਾ, ਸਾਧ ਸੰਗਤ, ਇਹ ਸਾਡੇ ਅੰਦਰ ਜਾਗਰੂਕਤਾ ਪੈਦਾ ਕਰਨ ਵਾਸਤੇ ਹੈ। ਗੁਰੂ ਦਾ ਇਹੀ ਜੀਵਨ ਦੇ ਵਿੱਚ ਰੋਲ ਹੈ। ਹੁਣ ਸਾਧ ਸੰਗਤ, ਇਸ ਸਲੋਕ ਨੂੰ ਮੈਂ ਬਾਰ ਬਾਰ ਬੈਠਾ ਆਪਦੇ ਅੰਦਰ ਵਿਚਾਰ ਰਿਹਾ ਸੀ ਕਿ ਸੱਚੇ ਪਾਤਸ਼ਾਹ ਨੇ ਦੋ ਪੰਗਤੀਆਂ ਦੇ ਵਿੱਚ ਸਾਰੀ ਬਖਸ਼ਿਸ਼ ਕਰ ਦਿੱਤੀ। ਸਾਹਿਬ ਦੇ ਬਚਨ ਆਏ ਸੀ, ਕਹਿੰਦੇ ਨਿਜ ਕਾਰ ਦੇਖਿਓ ਜਗਤ ਮੈਂ। ਬੜੇ ਹਿਰਦਾ ਵੱਡਾ ਕਰਕੇ ਸੁਣਨਾ ਪਏਗਾ ਇਹ ਬਚਨ, ਕਿਉਂਕਿ ਅਸੀਂ ਮੋਹ ਦੀ ਦਲ 'ਚ ਫਸੇ ਹੋਏ ਹਾਂ। ਕਿਤੇ ਨਾ ਕਿਤੇ ਮਨ ਛਲ ਕਰਦਾ ਵੀ ਇੱਦਾਂ ਕਿਵੇਂ ਹੋ ਸਕਦਾ। ਮਨ ਹੈ ਨਾ ਜਿਹੜਾ ਛਲ ਕਰਦਾ, ਇਹ ਸੋਚੂ ਇੱਦਾਂ ਕਿਵੇਂ ਹੋ ਸਕਦਾ, ਕਿਉਂਕਿ ਅਸੀਂ ਰਿਸ਼ਤਿਆਂ ਨਾਲ ਜੁੜੇ ਹੋਏ ਹਾਂ। ਮੇਰੇ ਬੱਚੇ, ਮੇਰਾ ਪਰਿਵਾਰ, ਮੇਰਾ ਘਰ, ਮੇਰੀ ਗੱਡੀ, ਬਹੁਤ ਕੁਛ ਮੇਰਾ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀ ਨਾਹੀ। ਵਾਹਿਗੁਰੂ ਜੀ, ਬੜੀ ਵੱਡੀ ਗੱਲ ਗੁਰੂ ਸਾਹਿਬ ਨੇ ਕਹਿ ਦਿੱਤੀ। ਇਹੀ ਤਾਂ ਜਾਗਣਾ ਹੈ ਨਾ। ਜਦੋਂ ਜੀਵਨ 'ਚ ਗੁਰੂ ਆਉਂਦਾ, ਮਹਾਰਾਜ ਕਹਿੰਦੇ ਜਿਨ ਮਸਤਕ ਧੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਗੁਰੂ ਕਰਦਾ ਕਿ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘੱਟ ਬਲਿਆ। ਗੁਰੂ ਨੇ ਕਰਨਾ ਕੀ ਹੈ, ਸਾਡੇ ਅੰਦਰੋਂ ਅਗਿਆਨ ਦਾ ਅੰਧੇਰਾ ਦੂਰ ਕਰਕੇ ਸਾਡੇ ਅੰਦਰ ਗਿਆਨ ਦਾ ਦੀਪਕ ਜਗਾਉਣਾ। ਇਹ ਜੀਵਨ 'ਚ ਗੁਰੂ ਦਾ ਰੋਲ ਹੈ। ਜੇ ਇੱਥੇ ਆ ਕੇ ਵੀ ਮਨ 'ਚ ਦੀਪ ਗਿਆਨ ਦਾ ਦੀਪਕ ਨਹੀਂ ਜਗਿਆ ਤਾਂ ਹੋਰ ਕਿੱਥੇ ਜਗੇਗਾ। ਵਾਹਿਗੁਰੂ ਜੀ, ਅਗਿਆਨ ਦਾ ਅੰਧੇਰਾ ਕੱਟਿਆ ਹੈ ਗੁਰੂ ਸਾਹਿਬ ਨੇ ਆਪਦੇ ਗੁਰਸਿੱਖਾਂ ਦੇ ਅੰਦਰੋਂ। ਸਾਧ ਸੰਗਤ, ਮਨ ਨੂੰ ਇੱਕ ਪਾਸੇ ਜੋੜ ਸਕਦੇ ਹੋ ਜਾਂ ਸੰਸਾਰ ਨਾਲ ਜਾਂ ਨਿਰੰਕਾਰ ਨਾਲ। ਸੰਸਾਰ ਨਾਲ ਜੁੜਨਾ ਅਗਿਆਨ ਹੈ ਅਤੇ ਨਿਰੰਕਾਰ ਨਾਲ ਜੁੜਨਾ ਗਿਆਨ ਹੈ। ਆਖੋ ਸਤਨਾਮ ਸ਼੍ਰੀ ਵਾਹਿ, ਸਾਰੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਗਤ ਜੀ, ਧਿਆਨ ਸੰਭਾਲੋ, ਧਿਆਨ ਨਾ ਇੱਧਰ ਉੱਧਰ ਜਾਵੇ, ਸਾਡਾ ਧਿਆਨ ਭਟਕ ਜਾਂਦਾ ਹੈ। ਧਿਆਨ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਹੁਣ ਇੱਥੇ ਨੌਵੇਂ ਪਾਤਸ਼ਾਹ ਕਿਹੜਾ ਗਿਆਨ ਦਾ ਦੀਪਕ ਜਗਾਉਂਦੇ ਨੇ ਸਾਡੇ ਅੰਦਰ, ਮੈਂ ਮੇਰੀ ਨੂੰ ਖਤਮ ਕਰ ਰਹੇ ਨੇ। ਕਹਿੰਦੇ ਜਿਹੜਾ ਮੋਹ ਦੀ ਦਲਦਲ 'ਚ ਫਸਿਆ ਨਾ, ਇੱਥੇ ਤੇਰਾ ਕੋਈ ਨਹੀਂ ਹੈ। ਗੁਰਬਾਣੀ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ, ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਘਟਾਈ। ਗੁਰੂ ਕੀ ਬਾਣੀ ਨੂੰ ਅਸੀਂ ਸੱਤ ਕਰਕੇ ਮੰਨਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਕਰਨਾ ਕੀ ਹੈ, ਗੁਰਬਾਣੀ ਕਹਿ ਸੇਵਕ ਜਨ ਮੰਨੈ। ਬੋਲੋ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮੰਨੈ। ਸੇਵਕ ਬਣ ਕੇ ਮੰਨਣਾ ਜੋ ਗੁਰਬਾਣੀ ਕਹਿੰਦੀ। ਪਰ ਤਖ ਗੁਰੂ ਨਿਸਤਾਰੇ।
ਹੁਣ ਇੱਥੇ ਨੌਵੇਂ ਪਾਤਸ਼ਾਹ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ, ਫੈਸਲਾ ਦੇ ਦਿੱਤਾ। ਕਹਿੰਦੇ ਅਸੀਂ ਸਾਰੇ ਸੰਸਾਰ 'ਚ ਦੇਖ ਲਿਆ ਹੈ, ਜਿਹੜੇ ਨਿਜਤਾ ਦੇ ਰਿਸ਼ਤੇ ਨੇ ਨਾ ਉਹਨਾਂ ਨੂੰ ਵੀ ਦੇਖ ਲਿਆ। ਕੋ ਕਾਹੂ ਕੋ, ਇੱਥੇ ਕੋਈ ਕਿਸੇ ਦਾ ਨਹੀਂ ਹੈ, ਇਹਨਾਂ ਰਿਸ਼ਤਿਆਂ 'ਚ ਸੱਚਾਈ ਨਹੀਂ ਹੈ ਬਿਲਕੁਲ ਵੀ, 1% ਵੀ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ ਪ੍ਰੀਤ, ਮਹਾਰਾਜ ਕਹਿੰਦੇ ਸਭ ਝੂਠੀ ਹੈ, ਸਭ ਸ਼ਲਾਬ ਹੈ। ਇੱਕ ਦੂਜੇ ਨੂੰ ਕਹਿਣਾ ਮੈਂ ਤੈਨੂੰ ਬਹੁਤ ਪ੍ਰੇਮ ਕਰਦਾ, ਗੁਰੂ ਸਾਹਿਬ ਕਹਿੰਦੇ ਸ਼ਲਾਬ ਹੈ, ਇੱਥੇ ਕੋਈ ਕਿਸੇ ਨੂੰ ਪ੍ਰੇਮ ਨਹੀਂ ਕਰਦਾ। ਕਿਸੇ ਨਾ ਕਿਸੇ ਸਵਾਰਥ ਕਰਕੇ ਰਿਸ਼ਤੇ ਜੁੜੇ ਹੋਏ ਨੇ ਕਿ ਕੋਈ ਨਾ ਕੋਈ ਸਾਨੂੰ ਇੱਕ ਦੂਜੇ ਤੋਂ ਆਸ ਹੈ। ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਗਈ ਵੀ ਇੱਥੇ ਕੋਈ ਕਿਸੇ ਦਾ ਨਹੀਂ ਹੈ, ਇਹਨੂੰ ਗਿਆਨ ਕਹਿੰਦੇ ਨੇ, ਇਹਨੂੰ ਜਾਗਰੂਕਤਾ ਕਹਿੰਦੇ ਨੇ, ਅਵੇਅਰਨੈਸ ਕਹਿੰਦੇ ਨੇ। ਇਹੀ ਚਾਨਣ ਹੈ ਜਿਸ ਚਾਨਣ 'ਚ ਅਸੀਂ ਆਪਣੇ ਜੀਵਨ ਨੂੰ ਜੂਣਾ ਅਤੇ ਸੁਖੀ ਹੋ ਸਕਦੇ ਹਾਂ, ਹੋਰ ਕੋਈ ਰਸਤਾ ਨਹੀਂ ਹੈ। ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਸ਼ਹੀਦਾਂ ਸਿੰਘਾਂ ਦੀ ਗੱਲ ਕਰ ਲਈਏ, ਜੇ ਉਹਨਾਂ ਅੰਦਰ ਸੰਸਾਰ ਦਾ ਮੋਹ ਹੁੰਦਾ ਸੰਗਤ ਜੀ, ਕਿ ਉਹ ਸ਼ਹੀਦੀਆਂ ਪਾ ਸਕਦੇ ਸੀ? ਸੰਗਤ ਜੀ ਧਿਆਨ ਦਿਓ, ਜੇ ਸਾਹਿਬਜ਼ਾਦਿਆਂ ਅੰਦਰ ਸੰਸਾਰ ਦਾ ਮੋਹ ਹੁੰਦਾ ਕਿ ਉਹ ਆਪਣੇ ਆਪ ਨੂੰ ਨੀਹਾਂ 'ਚ ਚਣਾ ਸਕਦੇ ਸੀ? ਦੱਸੋ, ਇੱਥੇ ਬੈਠੇ ਹਾਂ ਆਪਾਂ ਗੁਰੂ ਘਰ ਦੇ ਵਿੱਚ, ਘੰਟਾ ਬਹਿ ਸਕਦੇ ਹਾਂ, 2 ਘੰਟੇ ਬਹਿ ਸਕਦੇ ਹਾਂ, 3 ਘੰਟੇ, 4th ਘੰਟੇ ਦੀ ਤੜਫ ਲੱਗ ਜਾਣੀ ਅੰਦਰ ਘਰ ਦੀ, ਘਰੇ ਪਹੁੰਚੀਏ ਛੇਤੀ, ਜਾ ਕੇ ਬੱਚਿਆਂ ਨੂੰ ਦੇਖੀਏ, ਕੰਮ ਕਾਰ ਦੇਖੀਏ, ਕਿਉਂਕਿ ਸੁੱਤੇ ਪਏ ਹਾਂ, ਮਨ ਜਾਗਿਆ ਨਹੀਂ ਹੈ ਗੁਰੂ ਕੋਲ ਆ ਕੇ। ਜਿਨ੍ਹਾਂ ਦਾ ਮਨ ਜਾਗ ਪਿਆ ਨਾ ਸਾਧ ਸੰਗਤ, ਉਹਨਾਂ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਤੁਸੀਂ ਦੇਖੋ ਸਾਧ ਸੰਗਤ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਗੁਰੂ ਸਾਹਿਬ ਦੇ ਪਿਆਰ ਵਿੱਚ, ਜੇ ਉਹਨਾਂ ਦੇ ਅੰਦਰ ਜਾਗਰੂਕਤਾ ਨਾ ਹੁੰਦੀ ਤਾਂ ਉਹ ਕਿੱਥੇ ਆਪਣਾ ਆਪ ਸਰਬੱਤ ਦੇ ਭਲੇ ਲਈ ਨਿਸ਼ਾਵਰ ਕਰ ਸਕਦੇ ਸੀ? ਨਹੀਂ ਕਰ ਸਕਦੇ ਸੀ। ਗੁਰੂ ਸਾਹਿਬ ਜੀ ਨੇ ਇਹੀ ਬਖਸ਼ਿਸ਼ ਆਪਣੇ ਗੁਰਸਿੱਖਾਂ ਅਤੇ ਆਪਣੇ ਖਾਲਸੇ 'ਤੇ ਕੀਤੀ ਕਿ ਉਹਨਾਂ ਦੇ ਅੰਦਰ ਗਿਆਨ ਦਾ ਦੀਪਕ ਜਗਾ ਦਿੱਤਾ, ਉਹਨਾਂ ਨੂੰ ਸੱਚ ਦਿਖਾ ਦਿੱਤਾ, ਜੀਵਨ ਦਾ ਸੱਚ ਕੀ ਹੈ ਅਤੇ ਝੂਠ ਕੀ ਹੈ। ਸਾਧ ਸੰਗਤ ਹੁਣ ਗੁਰੂ ਸਾਹਿਬ ਪ੍ਰੈਕਟੀਕਲ ਰੂਪ 'ਚ ਵੀ ਇਹ ਸਾਡੇ 'ਤੇ ਬਖਸ਼ਿਸ਼ ਕੀਤੀ, ਗੁਰਬਾਣੀ 'ਚ ਵੀ ਮਹਾਰਾਜ ਬੜੀ ਰਹਿਮਤ ਕਰ ਰਹੇ ਨੇ। ਗੁਰੂ ਸਾਹਿਬ ਕਹਿ ਰਹੇ ਨੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰੈ, ਜਦੋਂ ਤੇਰੇ ਕੋਲ ਸੁੱਖ ਆਉਣਗੇ ਸਾਰੇ ਤੇਰੇ ਨੇੜੇ ਆਉਣਗੇ, ਤੈਨੂੰ ਘੇਰ ਲੈਣਗੇ ਚਾਰੇ ਪਾਸੇ ਤੋਂ। ਔਰ ਅਗਲੀ ਪੰਕਤੀ ਕਹਿੰਦੀ ਬਿਪਤ ਭਰੀ ਸਭ ਹੀ ਸੰਗ ਛੱਡਤ, ਕਹਿੰਦੇ ਜਦੋਂ ਤੇਰੇ 'ਤੇ ਬਿਪਤਾ ਪੈ ਗਈ ਸਾਰੇ ਤੇਰਾ ਸੰਗ ਛੱਡ ਜਾਣਗੇ, ਕੋਉ ਨਾ ਆਵਤ ਨੇੜੇ, ਕਿਸੇ ਨੇ ਤੇਰੇ ਨੇੜੇ ਨਹੀਂ ਆਉਣਾ। ਔਰ ਕਿੱਥੋਂ ਤੱਕ ਦੀ ਗੱਲ ਕਹਿ ਦਿੱਤੀ ਸੰਗਤ ਜੀ, ਸੁਣਿਓ ਧਿਆਨ ਨਾਲ, ਘਰ ਕੀ ਨਾਰ
ਬਹੁਤ ਹਿੱਤ ਜਾਂਸਿਓ ਸਦਾ ਰਹਿਤ ਸੰਗ ਲਾਗੀ। ਸਭ ਤੇ ਨੇੜੇ ਬੰਦੇ ਦੇ ਬੰਦੇ ਦੀ ਪਤਨੀ ਹੁੰਦੀ ਹੈ, ਪਰ ਕਹਿੰਦੇ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਤੇਰੇ ਚੋਂ ਰੱਬ ਜੋਤ ਖਿੱਚ ਲੈਂਦਾ ਉਹ ਵੀ ਸਬਰ ਕਰ ਲੈਂਦੀ ਹੈ। ਉਹ ਵੀ ਕਹਿੰਦੀ ਮੈਂ ਆਪਣੀ ਜ਼ਿੰਦਗੀ ਜੀਣੀ ਹੈ। ਸਾਧ ਸੰਗਤ ਉਹ ਵੀ ਅੱਗੇ ਬਾਰੇ ਸੋਚਣਾ ਸ਼ੁਰੂ ਕਰ ਦਿੰਦੀ ਹੈ। ਇਹ ਬਿਲਕੁਲ ਨਿਰੋਲ ਸੱਚ ਹੈ। ਇਹ ਕਿਉਂ ਮਹਾਰਾਜ ਸਾਨੂੰ ਇਹ ਸੱਚ ਦੇ ਨਾਲ ਕਿਉਂ ਜੋੜਦੇ ਨੇ? ਕਿਉਂਕਿ ਗੁਰੂ ਸਾਹਿਬ ਕਹਿੰਦੇ ਦੀਨ ਗਵਾਇਓ ਦੁਨੀ ਸਿਓ, ਤੈਂ ਦੁਨੀਆ ਪਿੱਛੇ ਲੱਗ ਕੇ ਆਪਣਾ ਦੀਨ ਗਵਾ ਲਿਆ। ਦੁਨੀ ਨਾ ਚਾਲੀ ਸਾਥ, ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਹੱਥ। ਅਸੀਂ ਸੁੱਤੇ ਪਏ ਸਾਡਾ ਹਾਲ ਕੀ ਹੈ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣਨ ਵਾਸਤੇ ਮੰਨਣ ਵਾਸਤੇ ਮਰਨਾ ਪੈਣਾ ਸੰਗਤ ਜੀ। ਇਹ ਗੁਰੂ ਦੇ ਬਚਨ ਮਾਰ ਕੇ ਕਮਾਏ ਜਾਂਦੇ ਨੇ। ਜਿਹਦੇ ਅੰਦਰ ਜੀਣ ਦੀ ਇੱਛਾ ਹੈ ਨਾ, ਉਹ ਗੁਰੂ ਸਾਹਿਬ ਦੇ ਬਚਨ ਨਹੀਂ ਕਮਾ ਸਕਦਾ। ਇਸੇ ਕਰਕੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸਾਧ ਸੰਗਤ ਇਹ ਗਿਆਨ ਸਾਡੇ ਅੰਦਰ ਸਬਰ ਪੈਦਾ ਕਰ ਦਿੰਦਾ, ਸਿਦਕ ਪੈਦਾ ਕਰ ਦਿੰਦਾ। ਜਿਹੜੇ ਸ਼ਹੀਦ ਹੁੰਦੇ ਨੇ ਨਾ, ਉਹਨਾਂ ਦੇ ਅੰਦਰ ਜੀਣ ਵੱਲੋਂ ਉਹਨਾਂ ਨੂੰ ਇੱਕ ਸਬਰ ਆ ਜਾਂਦਾ। ਸੰਸਾਰ 'ਚ ਜੀਣ ਦੀ ਇੱਛਾ ਨਹੀਂ ਰਹਿੰਦੀ, ਕਿਉਂਕਿ ਸੱਚ ਦਾ ਪਤਾ ਲੱਗ ਗਿਆ। ਜੀਵਨ ਰੱਬ ਦੇ ਲੇਖੇ ਲਾਉਣ ਵਾਸਤੇ ਮਿਲਿਆ, ਭਗਤੀ ਕਰਨ ਵਾਸਤੇ ਮਿਲਿਆ। ਅਤੇ ਗੁਰੂ ਸਾਹਿਬ ਜੋੜਦੇ ਕਿੱਥੇ ਨੇ ਸਾਨੂੰ? ਮਹਾਰਾਜ ਕਹਿੰਦੇ ਨਿਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਹੀ, ਇੱਥੇ ਕੋਈ ਨਹੀਂ ਕਿਸੇ ਦਾ। ਅਤੇ ਅਗਲੀ ਪੰਕਤੀ ਕਹਿੰਦੀ ਨਾਨਕ ਥਿਰ ਹਰ ਭਗਤ ਹੈ ਤੈਂ ਰੱਖੋ ਮਨ ਮਾਹੇ। ਅਸੀਂ ਮਨ 'ਚ ਕੀ ਰੱਖਣਾ? ਕੋਠੀਆਂ ਨਹੀਂ ਰੱਖਣੀਆਂ, ਜ਼ਮੀਨਾਂ ਜਾਇਦਾਦ ਧੀਆਂ ਪੁੱਤਰ ਨਹੀਂ ਰੱਖਣੇ ਇਸ ਮਨ ਦੇ ਵਿੱਚ। ਕੀ ਰੱਖਣਾ? ਪਰਮੇਸ਼ਰ ਦੀ, ਬੋਲੋ, ਪਰਮੇਸ਼ਰ ਦੀ ਭਗਤੀ ਰੱਖਣੀ ਹੈ। ਨਾਨਕ ਥਿਰ ਹਰ ਭਗਤ ਹੈ ਤੈਂ ਰੱਖੋ, ਕਿਉਂਕਿ ਉਹਦੀ ਭਗਤੀ ਹੀ ਥਿਰ ਰਹਿਣ ਵਾਲੀ ਹੈ, ਉਹਦੀ ਭਗਤੀ ਹੀ ਸੱਚ ਹੈ। ਸਾਧ ਸੰਗਤ ਉਹਦੇ ਨਾਮ ਤੋਂ ਬਿਨਾਂ ਸਾਧ ਸੰਗਤ, ਮਹਾਰਾਜ ਕਹਿੰਦੇ ਸਭ ਝੂਠ ਹੈ, ਸਭ ਦ੍ਰਿਸ਼ਟ ਮਹਾਨ ਹੈ ਮਾਨ ਹੈ ਸਗਲ ਮਥੇਨਾ, ਦਿਸਦੀ ਚੀਜ਼ ਹਰ ਮਿਥਿਆ ਹੈ। ਅਤੇ ਗੁਰੂ ਸਾਹਿਬ ਜੀ ਨਾ ਪ੍ਰੈਕਟੀਕਲ ਕਰਨ ਵਾਸਤੇ ਇਹਨਾਂ ਗੱਲਾਂ ਨੂੰ, ਧੰਨ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਦੇ ਨੇੜੇ ਨਾ ਇੱਕ ਸ਼ਹਿਰ ਪੈਂਦਾ ਹੈ ਕਟਕ, 50 ਕਿਲੋਮੀਟਰ ਦੇ ਸ਼ਹਿਰ ਦਾਇਰੇ 'ਚ ਹੈ। ਉੱਥੇ ਜਾ ਕੇ ਨਾ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਨਿੰਮ ਦੇ ਥੱਲੇ ਡੇਰਾ ਲਾ ਲਿਆ, ਅਤੇ ਡੇਰਾ ਲਾਇਆ ਅਤੇ ਮਹਾਰਾਜ ਗੁਰਬਾਣੀ ਦਾ ਕੀਰਤਨ ਕੀਤਾ। ਮਹਾਰਾਜ ਜਿੱਥੇ ਬਹਿੰਦੇ ਸੀ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ, ਕਿਉਂਕਿ ਤੁਰਕੀ ਬਾਣੀ ਹੀ ਮੇਰੇ ਸਤਿਗੁਰਾਂ ਦੀ ਖੁਰਾਕ ਸੀ, ਤੁਰਕੀ ਬਾਣੀ ਨਾਲ ਹੀ ਸੰਸਾਰ ਦਾ ਭਲਾ ਕੀਤਾ ਗੁਰਦੇਵ ਨੇ। ਔਰ ਜਿੱਥੇ ਵੀ ਜਾਂਦੇ ਸੀ ਮਹਾਰਾਜ ਗੁਰਬਾਣੀ ਗਾਉਂਦੇ ਸੀ, ਕਿਉਂਕਿ ਗੁਰੂ ਸਾਹਿਬ ਕਹਿੰਦੇ ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖਦਾਈ। ਗੁਰਬਾਣੀ ਸਦਾ ਸਾਨੂੰ ਸੁੱਖ ਦੇਣ ਵਾਲੀ ਹੈ, ਆਨੰਦ ਦੇਣ ਵਾਲੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ। ਆਓ ਪੜ੍ਹ ਵੀ ਲਈਏ, ਕੋਈ ਰਸਨਾ ਬਾਂਝੀ ਨਾ ਰਹੇ, ਸਾਰੇ ਬੋਲੋ ਸਿੱਧੀਆਂ ਧਾਰਨਾ। ਸਾਧ ਸੰਗਤ ਸਾਰੀਆਂ ਭੈਣਾਂ ਸਾਰੇ ਵੀਰ ਗੱਜ ਵੱਜ ਕੇ ਆਨੰਦ ਲਈਏ, ਅਤੇ ਕੋਈ ਰਸਨਾ ਬਾਂਝੀ ਨਾ ਰਹੇ।
ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਰ ਹਰ ਬੋਲੋ ਭੈਣਾ ਅੰਮ੍ਰਿਤ ਬਾਣੀ ਸੁਣ ਸੁਣ ਹੋਵੇ ਜੀ ਪਰਮ ਗਤ ਮੇਰੀ ਪਰਮ ਗਤ ਮੇਰੀ ਸੁਣ ਸੁਣ ਵੀ ਮੈਂ ਹੋਵੇ ਜੀ ਪਰਮ ਗਤ ਮੇਰੀ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਜੀ ਹਰ ਹਰ ਤੇਰੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ ਪਾਏ ਜੀ ਗੁਰੂ ਕੀ ਬਾਣੀ ਸਾਡੇ ਅੰਦਰ ਦੀ ਜਲਨ ਨੂੰ ਬੁਝਾਉਂਦੀ ਹੈ ਅੰਦਰ ਜਲਨ ਕਾਹਦੀ ਹੈ ਈਰਖਾ ਦੀ ਹੈ ਦਵੈਸ਼ ਦੀ ਹੈ ਬੜਾ ਕੁਛ ਹੈ ਗੁਰੂ ਘਰ ਵਿੱਚ ਆ ਕੇ ਵੀ ਸਾਧ ਸੰਗਤ ਅਸੀਂ ਗਰੁੱਪ ਖੜ੍ਹੇ ਕਰ ਲੈਂਦੇ ਹਾਂ ਵਾਹਿਗੁਰੂ ਜੀ ਇਹ ਸਾਰਾ ਮਨ ਦਾ ਖੇਲ ਵਿਗਾੜਿਆ ਹੋਇਆ ਹੈ ਵਾਹਿਗੁਰੂ ਜੀ ਇਹ ਮਨ ਸੱਚ ਤੋਂ ਦੂਰ ਰੱਖਦਾ ਸਾਨੂੰ ਵਾਹਿਗੁਰੂ ਜੀ ਜਿਹੜਾ ਸਤਿਗੁਰ ਦਾ ਗਿਆਨ ਹੈ ਨਾ ਸੁਣਨਾ ਬੜਾ ਔਖਾ ਹੈ ਮਰ ਕੇ ਸੁਣਨਾ ਪੈਂਦਾ ਅਤੇ ਅਸੀਂ ਤਾਂ ਸੁਣਦੇ ਹੀ ਨਹੀਂ ਵਾਹਿਗੁਰੂ ਜੀ ਬਿਨਾਂ ਸੁਣਿਆ ਹੀ ਚਲੇ ਜਾਈਦਾ ਇਸੇ ਕਰਕੇ ਤਾਂ ਅੰਦਰ ਕੋਈ ਸਾਧ ਸੰਗਤ ਚੇਂਜ ਨਹੀਂ ਆਇਆ ਜੀਵਨ 'ਚ ਸੱਚ ਨਹੀਂ ਪੈਦਾ ਹੋਇਆ ਆਨੰਦ ਨਹੀਂ ਪੈਦਾ ਹੋਇਆ ਕੋਈ ਰਸ ਨਹੀਂ ਪੈਦਾ ਹੋਇਆ ਜਿਹੋ ਜਿਹਾ ਆਇਆ ਸੀ ਉਹੋ ਜਿਹਾ ਚਲਾ ਗਿਆ ਕਿਉਂਕਿ ਸੁਣਨਾ ਬੜਾ ਔਖਾ ਸੱਚ ਸੁਣਨਾ ਕਿਤੇ ਸੌਖਾ ਬੰਦਾ ਅੰਦਰੋਂ ਸੋਚਦਾ ਇੱਦਾਂ ਕਿਵੇਂ ਹੋ ਸਕਦਾ ਪਰ ਜਦੋਂ ਪ੍ਰੈਕਟੀਕਲੀ ਵਰਤਦਾ ਨਾ ਫਿਰ ਸਮਝਦਾ ਗੁਰੂ ਸਾਹਿਬ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ ਗੁਰੂ ਕੀ ਬਾਣੀ ਜੋ ਕਹਿ ਰਹੀ ਹੈ ਸੱਚ ਕਹਿ ਰਹੀ ਹੈ ਸਾਧ ਸੰਗਤ ਮਹਾਰਾਜ ਨਾ ਉੱਥੇ ਗਏ ਅਤੇ ਪਾਤਸ਼ਾਹ ਨੇ ਗੁਰਬਾਣੀ ਦਾ ਕੀਰਤਨ ਕੀਤਾ ਆਨੰਦ ਵਰਤਾਇਆ ਰੂਹਾਂ ਨੇ ਲਾਹਾ ਲਿਆ ਮਹਾਰਾਜ ਜੀ ਆਪਦੀ ਮੌਤ 'ਚ ਬੈਠੇ ਨੇ ਧੰਨ ਗੁਰੂ ਨਾਨਕ ਸਾਹਿਬ ਇਹਨਾਂ ਨੂੰ ਇੱਕ ਕੀ ਹੋਇਆ ਇੱਕ ਪਾਸੇ ਤੋਂ ਰੋਣ ਦੀ ਆਵਾਜ਼ ਆਈ ਸੰਗਤ ਜੀ ਧਿਆਨ ਦਿਓ ਜਦੋਂ ਰੋਣ ਦੀ ਆਵਾਜ਼ ਆਈ ਤਾਂ ਗੁਰੂ ਸਾਹਿਬ ਜੀ ਮਰਦਾਨੇ ਨੂੰ ਕਹਿਣ ਲੱਗੇ ਕਹਿੰਦੇ ਮਰਦਾਨਿਆਂ ਆ ਇੱਧਰੋਂ ਨਾ ਰੋਣ ਦੀ ਆਵਾਜ਼ ਆ ਰਹੀ ਹੈ ਜਾਂ ਦੇਖ ਕੇ ਆ ਕੀ ਹੋਇਆ
ਮਰਦਾਨਾ ਸੱਤ ਵਜਨ ਕਹਿ ਕੇ ਚਲਾ ਗਿਆ। ਅੱਗੇ ਜਾ ਕੇ ਕੀ ਦੇਖਿਆ, ਇੱਕ ਘਰ ਦੇ ਵਿੱਚ ਰੋਣ ਪਿੱਟਣ ਪਿਆ ਹੋਇਆ ਅਤੇ ਉਹਨਾਂ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ। ਸਾਧ ਸੰਗਤ ਮਾਂ ਬਾਪ ਰੋ ਰਹੇ ਨੇ, ਹੁਣ ਜਿਹਦਾ ਜਵਾਨ ਪੁੱਤਰ ਮਰ ਜੇ ਤੁਹਾਨੂੰ ਪਤਾ ਹੀ ਕੀ ਹਾਲਤ ਹੁੰਦੀ ਹੈ। ਮਰਦਾਨੇ ਨੇ ਦੇਖਿਆ, ਬੜਾ ਦੁੱਖ ਆਇਆ ਦੇਖ ਕੇ, ਮਰਦਾਨੇ ਦੀ ਅੱਖਾਂ 'ਚ ਵੀ ਪਾਣੀ ਆ ਗਿਆ। ਮਰਦਾਨੇ ਤੋਂ ਦੁੱਖ ਦੇਖਿਆ ਨਾ ਗਿਆ, ਵਾਪਸ ਆ ਗਿਆ। ਆ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਿਆ, ਸੱਚੇ ਪਾਤਸ਼ਾਹ ਬੜਾ ਲੋੜਾ ਹੋਇਆ, ਮਨ ਦੁਖੀ ਹੋ ਗਿਆ। ਗੁਰੂ ਸਾਹਿਬ ਕਹਿੰਦੇ ਕੀ ਹੋਇਆ? ਮਹਾਰਾਜ, ਇੱਕ ਸੇਠ ਅਤੇ ਸਠਾਣੀ ਨੇ, ਉਹਨਾਂ ਦਾ ਇੱਕੋ ਪੁੱਤਰ ਹੈ, ਉਹਦੀ ਮੌਤ ਹੋ ਗਈ ਅਤੇ ਮਾਂ ਪਿਓ ਰੋ ਰਹੇ ਨੇ, ਪਾਤਸ਼ਾਹ ਦੁੱਖ ਦੇਖਿਆ ਨਹੀਂ ਗਿਆ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆਂ ਜਾ ਫਿਰ ਉਹਨਾਂ ਨੂੰ ਜਾ ਕੇ ਕਹਿ ਦੇ ਆਪਣੇ ਪੁੱਤਰ ਦੀ ਲਾਸ਼ ਨੂੰ ਲੈ ਕੇ ਸਾਡੇ ਕੋਲ ਆ ਜਾਣ। ਆਖੋ ਸਤਨਾਮ ਫਿਰ ਵਾਹ। ਹੁਣ ਮਰਦਾਨੇ ਨੂੰ ਖੁਸ਼ੀ ਚੜ ਗਈ ਵੀ ਗੁਰੂ ਸਾਹਿਬ ਨੇ ਤਾਂ ਬੱਚਾ ਜਿਉਂਦਾ ਕਰ ਦੇਣਾ, ਮਹਾਰਾਜ ਤਾਂ ਸਾਰਾ ਕੁਛ ਕਰ ਸਕਦੇ ਨੇ। ਗੁਰਬਾਣੀ ਕਹਿੰਦੀ ਹੈ, ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛਰਤ ਆਣ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪਏ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹੀ ਨਾ ਜਾਏ। ਇਹ ਪੂਰੇ ਸਤਿਗੁਰਾਂ ਦੀ ਵਡਿਆਈ। ਗੁਰੂ ਸਾਹਿਬ ਮੁਰਦੇ ਨੂੰ ਜਿਉਂਦਾ ਕਰ ਸਕਦੇ ਨੇ ਮ੍ਰਿਤਕ ਨੂੰ, ਪਰ ਇੱਥੇ ਆਤਮਕ ਤੌਰ 'ਤੇ ਮਰੇ ਦੀ ਗੱਲ ਕੀਤੀ ਹੈ ਸੱਚੇ ਪਾਤਸ਼ਾਹ ਨੇ। ਗਿਆਨ ਗੁਰੂ ਆਤਮ ਉਪਦੇਸ਼ ਹੈ, ਨਾਮ ਵਿਭੂਤ ਲਗਾਓ। ਗੁਰੂ ਦਾ ਗਿਆਨ ਕਾਹਦੇ ਵਾਸਤੇ ਹੈ? ਆਤਮਾ ਦੇ ਲਈ ਹੈ। ਜਿਹੜੇ ਅਸੀਂ ਆਤਮਕ ਤੌਰ 'ਤੇ ਮਰੇ ਹੋਏ ਹਾਂ ਨਾ, ਉਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਪ੍ਰੇਮਾ ਭਗਤੀ ਕਰਕੇ ਉਹਨਾਂ ਨੂੰ ਆਤਮਕ ਜੀਵਨ ਬਖਸ਼ਦੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਇਹਨੂੰ ਕਹਿੰਦੇ ਨੇ ਮ੍ਰਿਤਕ ਕੋ ਪਾਇਓ ਤਨ ਸਾਸਾ, ਤਨ ਸਾਸਾ। ਕਿਉਂ? ਗੁਰਬਾਣੀ ਕਹਿੰਦੀ, ਸੋ ਜੀਵਿਆ ਜਿਸ ਮਨ ਵਸਿਆ, ਸੋਏ ਨਾਨਕ ਅਵਰਨਾ ਜੀਵੈ ਕੋਈ। ਜੀਵੈ ਕੋਈ ਕੌਣ ਵਸਿਆ? ਜਿਹਨੇ ਆਪਣਾ ਮਨ ਉਸ ਸੱਚ ਨਾਲ ਜੋੜ ਲਿਆ, ਵਾਹਿਗੁਰੂ ਜੀ, ਉਸ ਆਨੰਦ ਨਾਲ ਜੋੜ ਲਿਆ, ਉਸ ਪ੍ਰੇਮਾ ਭਗਤੀ ਨਾਲ ਜੋੜ ਲਿਆ, ਅਤੇ ਅਸੀਂ ਤਾਂ ਨਹੀਂ ਜੋੜਿਆ। ਦੇਖੋ ਤਾਂ ਧਿਆਨ ਮਾਰ ਕੇ ਮਨ ਕਿੱਥੇ ਜੁੜਿਆ ਹੋਇਆ, ਦੇਖੋ ਆਪਣੇ ਆਪਣੇ ਮਨ ਨੂੰ। ਮਨ ਦਾ ਖੇਲ ਵਿਗੜਿਆ ਹੋਇਆ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਵੀ ਮਨ ਕਿਤੇ ਹੋਰ ਜੁੜਿਆ ਹੋਇਆ, ਗੁਰਬਾਣੀ ਪੜ੍ਹਦਿਆਂ ਵੀ ਮਨ ਕਿਤੇ ਹੋਰ ਜੁੜਿਆ ਹੋਇਆ। ਪੜ੍ਹ ਗੁਰਬਾਣੀ ਰਿਹਾ ਅਤੇ ਯਾਦ ਸੰਸਾਰ ਦੀ ਆ ਰਹੀ ਹੈ। ਵਾਹਿਗੁਰੂ ਜੀ ਵਾਹਿਗੁਰੂ। ਖਿਆਲ ਕਿਤੇ ਹੋਰ ਹੈ, ਜਾਗਣਾ ਪਏਗਾ ਸਾਧ ਸੰਗਤ ਜੀ, ਜੇ ਅਸੀਂ ਆਪਣਾ ਭਲਾ ਚਾਹੁੰਦੇ ਹਾਂ ਤਾਂ। ਕਿਉਂ? ਗੁਰੂ ਸਾਹਿਬ ਜਗਾਉਂਦੇ ਨੇ, ਇੱਥੇ ਜਾਗਣ ਲਈ ਆਏ ਹਾਂ। ਧੰਨ ਗੁਰੂ ਗ੍ਰੰਥ ਸਾਹਿਬ, ਜਿੰਨੇ ਭਗਤਾਂ ਦੀ ਬਾਣੀ, ਗੁਰੂ ਸਾਹਿਬਾਂ ਦੀ ਬਾਣੀ, ਭੱਟਾਂ ਦੀ ਬਾਣੀ, ਇਹ ਜਾਗਦੇ ਹੋਏ ਮਹਾਂਪੁਰਖਾਂ ਦੀ ਬਾਣੀ ਹੈ, ਜਿਨ੍ਹਾਂ ਨੇ ਜਾਗ ਕੇ ਇਸ ਜੀਵਨ ਨੂੰ ਬਤੀਤ ਕੀਤਾ ਅਤੇ ਅਸੀਂ ਇੱਥੇ ਜਾਗਣ ਵਾਸਤੇ ਆਏ ਹਾਂ ਪਿਆਰਿਓ, ਟਾਈਮ ਪਾਸ ਕਰਨ ਵਾਸਤੇ ਨਹੀਂ ਆਏ। ਜੇ ਇੱਥੇ ਵੀ ਨਹਾ ਕੇ ਜਾਗੇ ਤਾਂ ਹੋਰ ਕਿੱਥੇ ਜਾਗਾਂਗੇ? ਅਤੇ ਪਤਾ ਨਹੀਂ ਕਿੰਨੇ ਕੁ ਜਨਮ ਸੁੱਤਿਆਂ ਦੇ ਬਤੀਤ ਹੋ ਗਏ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਵਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰੰਕਾਲ ਦੇਵ ਸੰਜਰੀਆ। ਇਹ ਮਨੁੱਖਾ ਜਨਮ ਮਿਲਿਆ ਜਗਦੀਸ਼ ਨੂੰ ਮਿਲਣ ਵਾਸਤੇ, ਆਪਾਂ ਸਮੇਂ ਨੂੰ ਸੰਭਾਲ ਲਈਏ, ਨਹੀਂ ਤਾਂ ਸਾਧ ਸੰਗਤ ਇੱਥੋਂ ਪਤਾ ਨਹੀਂ ਅਸੀਂ ਕਿੰਨੇ ਕੁ ਜਨਮ ਰੋਂਦੇ ਹੀ ਗਏ ਅਤੇ ਰੋਂਦੇ ਹੀ ਆਏ, ਮਨ ਮੁੱਖਾਂ ਨੂੰ ਫਿਰ
ਜਨਮ ਹੈ। ਜਿਹਨੇ ਮਨ ਦੇ ਪਿੱਛੇ ਲੱਗ ਕੇ ਆਪਣਾ ਜਨਮ ਬਤੀਤ ਕੀਤਾ ਨਾ, ਉਹਨੂੰ ਅਗਲਾ ਜਨਮ ਫਿਰ ਤਿਆਰ ਹੈ। ਅਸੀਂ ਪੜ੍ਹਦੇ ਹਾਂ ਨਾ, ਗੁਰਮੁਖ ਲਾਧਾ ਮਨਮੁਖ ਗਵਾਇਆ, ਬੋਲੋ ਗੱਜ ਕੇ, ਗੁਰਮੁਖ ਲਾਧਾ ਮਨਮੁਖ ਗਵਾਇਆ ਗਵਾਇਆ। ਗੁਰਮੁਖ ਨੇ ਲੱਭ ਲਿਆ ਤੇ ਮਨਮੁਖ ਨੇ ਗਵਾ ਲਿਆ। ਅਸੀਂ ਪਤਾ ਨਹੀਂ ਕਿੰਨੇ ਕੁ ਜਨਮ ਗਵਾ ਲਏ ਮਨ ਦੇ ਪਿੱਛੇ ਲੱਗ ਕੇ, ਤੇ ਆ ਵੀ ਗਵਾ ਰਹੇ ਹਾਂ। ਇੱਕ ਦਿਨ ਆਉਂਦਾ ਜ਼ਿੰਦਗੀ 'ਚ, ਅੱਜ ਅਸੀਂ ਸੁਣ ਕੇ ਅਣਸੁਣਿਆ ਕਰ ਰਹੇ ਹਾਂ, ਪਰ ਇੱਕ ਦਿਨ 'ਚ ਆਉਂਦਾ ਜ਼ਿੰਦਗੀ 'ਚ ਬੰਦਾ ਪਛਤਾਉਂਦਾ। ਸੰਗਤ ਜੀ, ਮੇਰੇ ਗੱਲ ਚੇਤੇ ਆ ਗਈ, ਮਹਾਂਪੁਰਸ਼ ਬੈਠੇ ਸੀ, ਪਰਿਵਾਰ ਬੈਠਾ, ਇੱਕ ਬਜ਼ੁਰਗ ਹੈ ਅਤੇ ਛੋਟਾ ਜਿਹਾ ਬੱਚਾ ਖੇਡ ਰਿਹਾ, ਉਹਦਾ ਬੇਟਾ ਹੈ, ਨੂੰਹ ਹੈ, ਸਾਰੇ ਜਣੇ ਉਸ ਬੱਚੇ ਵੱਲ ਦੇਖਦੇ ਖੁਸ਼ ਹੋ ਰਹੇ ਨੇ। ਅਤੇ ਸਤਸੰਗਤ ਤੋਂ ਅਚਾਨਕ ਹੀ ਮਹਾਂਪੁਰਖਾਂ ਨੇ ਬਚਨ ਕਰਨੇ ਸ਼ੁਰੂ ਕਰ ਦਿੱਤੇ, ਅਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਕੇਵਲ ਸਾਨੂੰ ਨਾਮ ਨਾਲ ਜੁੜਦੇ ਨੇ, ਭਗਤੀ ਨਾਲ ਜੁੜਦੇ ਨੇ। ਗੁਰਬਾਣੀ ਨੇ ਫੈਸਲਾ ਵੀ ਦਿੱਤਾ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ। ਉਹ ਜਦੋਂ ਨਾ ਮਹਾਂਪੁਰਸ਼ਾਂ ਨੇ ਬਾਣ ਮਾਰੇ ਸ਼ਬਦ ਦੇ ਬਾਣ ਨੇ ਨਾ, ਆਪ ਜੀ ਹੁਣ ਬੈਠੇ ਨੇ, ਆਹ ਗੁਰੂ ਸਾਹਿਬ ਸਾਡੇ ਬਾਣ ਹੀ ਮਾਰ ਰਹੇ ਨੇ ਸ਼ਬਦ ਦੇ, ਅਤੇ ਸਾਧ ਸੰਗਤ ਹੁਣ, ਕਬੀਰ ਸਾਹਿਬ ਕਹਿੰਦੇ ਮੇਰਾ ਮਨ ਵੀ ਉਦੋਂ ਜਾਗਿਆ ਜਦੋਂ ਸ਼ਬਦ ਦਾ ਬਾਣ ਮੇਰੇ ਲੱਗਿਆ। ਕਬੀਰ ਸਤਿਗੁਰ ਸੂਰਮੇ ਬਹਾਇਆ ਬਾਣ ਜੋ ਇੱਕ, ਲਾਗਤ ਹੀ ਭੋਇ ਗਿਰ ਪਰਾ ਕਲੇਜੇ ਸ਼ੇਖ। ਫਿਰ ਕਹਿੰਦੇ ਹੋਇਆ ਕਿ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਕਬੀਰ ਸਾਹਿਬ ਕਹਿੰਦੇ ਸਾਡੇ ਤਾਂ ਹੁਣ ਬਾਣ ਲੱਗਦਾ ਨਹੀਂ ਨਾ, ਜਦੋਂ ਕਹਿੰਦੇ ਗੁਰੂ ਦੇ ਸ਼ਬਦ ਦਾ ਬਾਣ ਲੱਗਦਾ, ਕਹਿੰਦੇ ਮੈਂ ਮੁੱਖ ਤੋਂ ਗੂੰਗਾ ਹੋ ਗਿਆ, ਹੁਣ ਮੇਰੀ ਰਸਨਾ ਕਿਸੇ ਦੀ ਨਿੰਦਿਆ ਨਹੀਂ ਕਰਦੀ, ਕਿਉਂਕਿ ਮੇਰੇ ਸਤਿਗੁਰੂ ਨੇ ਮੈਨੂੰ ਜਗਾ ਦਿੱਤਾ ਕਿ ਨਿੰਦਾ ਭਲੀ ਕਿਸੇ ਕੀ ਨਾਹੀ। ਮਨਮੁਖ ਮੁਕਤ, ਇਹ ਮਨਮੁੱਖਾਂ ਦਾ ਕੰਮ ਹੈ, ਗੁਰਮੁਖ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ। ਸਾਧ ਸੰਗਤ ਕਹਿੰਦੇ ਜਦੋਂ ਤੋਂ ਮੇਰੇ ਬਾਣ ਲੱਗਿਆ ਸ਼ਬਦ ਦਾ, ਤੇ ਕਹਿੰਦੇ ਹੋਇਆ ਕੀ, ਕਹਿੰਦੇ ਮੈਂ ਕੰਨਾਂ ਤੋਂ ਬੋਲਾ ਹੋ ਗਿਆ, ਮੇਰੇ ਕੰਨ ਹੁਣ ਕਿਸੇ ਦੀ ਨਿੰਦਿਆ ਨਹੀਂ ਸੁਣਦੇ, ਕਿਸੇ ਦੀ ਬੁਰਿਆਈ ਨਹੀਂ ਸੁਣਦੇ, ਮੇਰੇ ਕੰਨ ਕੇਵਲ ਨਾਮ ਸੁਣਦੇ ਨੇ। ਮੈਨੂੰ ਪਤਾ ਲੱਗਿਆ ਸਰਵਣੋ ਮੇਰੇ, ਉਹ ਸੱਚ ਹੈ ਸੁਣਨੇ ਨੂੰ ਪਠਾਏ, ਇਹ ਸੱਚ ਸੁਣਨ ਵਾਸਤੇ ਲੱਗੇ ਨੇ, ਗੁਰੂ ਕੀ ਬਾਣੀ ਸੁਣਨ ਵਾਸਤੇ ਕੰਨ ਲੱਗੇ ਨੇ, ਰੱਬ ਦੀ ਸਿਫਤ ਸੁਣਨ ਵਾਸਤੇ ਲੱਗੇ ਨੇ। ਕਹਿੰਦੇ ਹੁਣ ਮੈਨੂੰ ਪਤਾ ਲੱਗ ਗਿਆ ਕਿ ਜਿਹੜੇ ਮੇਰੇ ਪੈਰ ਹੈ ਨਾ, ਪਾਵੋ ਤੇ ਪਿੰਗਲ ਭਇਆ, ਹੁਣ ਮੈਂ ਪੈਰਾਂ ਕਰਕੇ ਪਿੰਗਲਾ ਹੋ ਗਿਆ, ਮੇਰੇ ਜਿਹੜੇ ਪੈਰ ਨੇ ਨਾ, ਹੁਣ ਕਿਸੇ ਮਾੜੇ ਪਾਸੇ ਚੱਲ ਕੇ ਨਹੀਂ ਜਾਂਦੇ। ਕਹਿੰਦੇ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਉਹ ਧਾਰਨਾ ਪੜ੍ਹਦੇ ਹੁੰਦੇ ਨੇ ਨਾ ਕਿ ਪਾਤਸ਼ਾਹ ਐਸੀ ਕਿਰਪਾ ਕਰੋ, ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਨੇ, ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ, ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ, ਐਸਾ ਬਾਣ ਮਾਰੋ ਜਿਹੜਾ ਮਾਰਿਆ, ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ, ਬਾਣ ਮਾਰੋ ਜਿਹੜਾ ਮਾਰਿਆ, ਕਬੀਰ ਦੇ ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ, ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ, ਐਸਾ
ਬਾਣ ਮਾਰੋ ਜਿਹੜਾ ਮਾਰਿਆ, ਐਸਾ ਬਾਣ ਮਾਰੋ ਜਿਹੜਾ ਮਾਰਿਆ ਕਬੀਰ ਦੇ। ਕਬੀਰ ਸਤਿਗੁਰ ਸੂਰ ਨੇ ਪਾਇਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਸਾਧ ਸੰਗਤ। ਹੁਣ ਮਹਾਂਪੁਰਖ ਜਦੋਂ ਸ਼ਬਦ ਦੇ ਬਾਣ, ਹੁਣ ਮਹਾਂਪੁਰਖਾਂ ਨੇ ਗੁਰੂ ਕੀ ਬਾਣੀ ਦੇ ਸ਼ਬਦ ਸਰਵਣ ਕਰਾਏ, ਜਾਗੋ ਪਾਈ, ਬੰਦਗੀ ਨਾਲ ਜੁੜੋ, ਨਾਮ ਨਾਲ ਜੁੜੋ, ਉਹ ਬਜ਼ੁਰਗ ਜਿਹੜਾ ਸੀ ਨਾ ਰੋਣ ਲੱਗ ਪਿਆ ਉੱਚੀ ਉੱਚੀ ਭੁੱਬਾਂ ਮਾਰ ਕੇ। ਅਤੇ ਮਹਾਂਪੁਰਸ਼ ਪੁੱਛਦੇ ਨੇ, ਬਜ਼ੁਰਗਾ ਕਿਉਂ ਰੋਂਦਾ, ਘਰ 'ਚ ਕੋਈ ਦੁੱਖ ਤਕਲੀਫ ਕਸ਼ਟ? ਬੱਚੇ ਨਹੀਂ ਪੁੱਛਦੇ, ਕਹਿੰਦਾ ਨਹੀਂ ਜੀ ਸਾਰਾ ਕੁਛ ਹੈ, ਫਿਰ ਕਿਉਂ ਰੋਂਦਾ? ਬਜ਼ੁਰਗ ਹੱਥ ਜੋੜ ਕੇ ਕਹਿੰਦਾ, ਮਹਾਂਪੁਰਸ਼ੋ ਮੈਂ ਇਸ ਕਰਕੇ ਰੋ ਰਿਹਾ ਹਾਂ, ਮੈਂ ਉਹ ਬੰਦਾ ਤੁਹਾਡੇ ਸਾਹਮਣੇ ਖੜ੍ਹਾ ਹੈ ਜੋ ਜੀਵਨ ਦੀ ਬਾਜ਼ੀ ਹਾਰ ਚੁੱਕਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਉਹ ਕਿਵੇਂ? ਕਹਿੰਦਾ ਮੈਂ ਜਦੋਂ ਛੋਟਾ ਸੀ, ਸਾਡੇ ਕੋਲ ਕੋਈ ਮਹਾਂਪੁਰਖ ਆਏ ਰੱਬ ਦੇ ਪਿਆਰੇ, 10 ਦਿਨ ਮੈਂ ਉਹਨਾਂ ਦੀ ਸੇਵਾ ਕੀਤੀ, ਖੇਤਾਂ 'ਚ ਰਹੇ, ਜਾਣ ਲੱਗੇ ਇੱਕ ਬਚਨ ਕਰ ਗਏ, ਗੁਰਮੁਖਾ ਭਗਤੀ ਕਰਿਆ ਕਰ, ਗੁਰਮੁਖਾ ਭਗਤੀ ਕਰਿਆ ਕਰ। ਕਹਿੰਦੇ ਉਸ ਸਮੇਂ 'ਤੇ ਮੈਂ 7 ਬਚਨ ਕਹਿ ਦਿੱਤਾ, ਲੇਕਿਨ ਉਸ ਤੋਂ ਬਾਅਦ ਕੁਛ ਸਮਾਂ ਉਹ ਬਚਨ ਚੇਤੇ ਰੱਖਿਆ, ਮੇਰਾ ਵਿਆਹ ਹੋ ਗਿਆ, ਬੱਚੇ ਹੋ ਗਏ, ਐਸਾ ਮੈਂ ਮੋਹ ਦੀ ਦਲਦਲ 'ਚ ਫਸਿਆ, ਮੈਨੂੰ ਉਹ ਚੀਜ਼, ਉਹ ਸਾਧੂ ਦਾ ਬਚਨ ਧਿਆਨ 'ਚੋਂ ਹੀ ਨਿਕਲ ਗਿਆ। ਜਦੋਂ ਅੱਜ ਆਪ ਜੀ ਨੇ ਸ਼ਬਦ ਦੀ ਚੋਟ ਮਾਰੀ ਨਾ, ਤਾਂ ਉਹ ਮੇਰੇ ਬਚਨ ਚੇਤੇ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਮੈਨੂੰ ਹੋਸ਼ ਆਈ ਕਿ ਮੈਂ ਸਾਰਾ ਜੀਵਨ ਭਰਮ 'ਚ ਹੀ ਨੰਗਾ ਦਿੱਤਾ। ਵਾਹਿਗੁਰੂ ਜੀ ਵਾਹਿਗੁਰੂ। ਪਰ ਹੁਣ ਕੀ ਕਰਾਂ, ਹੁਣ ਤਾਂ ਹਾਲਤ ਸਰੀਰ ਦੀ ਕੀ ਹੈ, ਸਿਰ ਕੰਪਿਓ ਪਗ ਡਗਮਗੇ ਨੈਣ, ਜੋਤ ਜੋਤ ਤੇ ਹੀਨ ਕਹੁ ਨਾਨਕ ਵਿਦ ਭਈ ਤਉ ਨ ਹਰ ਰਸਲੀਨ, ਤਉ ਨ ਹਰ ਰਸਲੀਨ। ਬੰਦਾ ਪਛਤਾਉਂਦਾ ਇੱਕ ਸਮੇਂ ਜਾ ਕੇ, ਅਜੇ ਇਹਨੂੰ ਸੰਸਾਰ ਮਿੱਠਾ ਲੱਗਦਾ ਹੈ, ਸਾਧ ਸੰਗਤ ਪਰਮੇਸ਼ਰ ਦਾ ਨਾਮ ਮਿੱਠਾ ਨਹੀਂ ਲੱਗਦਾ, ਭਗਤੀ ਮਿੱਠੀ ਨਹੀਂ ਲੱਗਦੀ। ਆਓ ਪਿਆਰਿਓ ਮੈਂ ਸਮਾਪਤੀ ਵੱਲ ਚੱਲਾਂ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆਂ ਜਾਂ ਉਹਨਾਂ ਨੂੰ ਕਿਹਾ ਆਪਣੇ ਬੱਚੇ ਦੀ ਲਾਸ਼ ਲੈ ਕੇ ਸਾਡੇ ਕੋਲ ਆਉਣਾ। ਮਰਦਾਨਾ ਬੜਾ ਖੁਸ਼ੀ ਖੁਸ਼ੀ ਗਿਆ, ਉਹਨਾਂ ਨੂੰ ਜਾ ਕੇ ਕਿਹਾ, ਭਾਈ ਰੋਵੋ ਨਾ, ਉੱਥੇ ਦਰਖਤ ਥੱਲੇ ਮੇਰੇ ਸਤਿਗੁਰੂ ਬੈਠੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਤੁਹਾਡੇ ਬੱਚੇ ਦੀ ਲਾਸ਼ ਨੂੰ ਮੰਗਾਇਆ, ਛੇਤੀ ਚੁੱਕੋ ਲੈ ਕੇ ਚੱਲੀਏ, ਹੋ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਅਤੇ ਤੁਹਾਡੇ ਬੱਚੇ ਨੂੰ ਜੀਵਨ ਬਖਸ਼ ਦੇਣ। ਸੰਗਤ ਜੀ ਧਿਆਨ ਦਿਓ। ਅਤੇ ਉਹਨਾਂ ਨੇ ਫਟਾਫਟ ਲਾਸ਼ ਚੁੱਕੀ ਨਾਲ ਮਰਦਾਨੇ ਨੇ ਅਤੇ ਲੈ ਕੇ ਗੁਰੂ ਸਾਹਿਬ ਕੋਲ ਆ ਗਏ। ਅਤੇ ਹੁਣ ਸਤਿਗੁਰੂ ਕਿਹੜੀ ਡਿਊਟੀ ਲੈ ਕੇ ਆਇਆ ਦਰਗਾਹ ਤੋਂ? ਗੁਰੂ ਸਾਹਿਬ ਡਿਊਟੀ ਲੈ ਕੇ ਆਏ ਨੇ ਸੰਸਾਰ ਦੇ ਜੀਵਾਂ ਨੂੰ ਸੱਚ ਨਾਲ ਜੋੜਨ ਵਾਸਤੇ, ਕਿ ਸਾਰੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸ਼ਬਦ ਸੁਣਾਇਆ। ਆਸਾ ਦੀ ਵਾਰ ਪੜ੍ਹੋ ਤੁਸੀਂ, ਪੌੜੀਆਂ 'ਚ ਆਉਂਦਾ ਸੱਚਾ ਸਾਹਿਬ ਇੱਕ, ਤੂੰ ਜਿਨ ਸੱਚੋ ਸੱਚ ਵਰਤਾਇਆ। ਗੁਰੂ ਸਾਹਿਬ ਨੇ ਕੇਵਲ ਇੱਕ ਸੱਚ ਦਾ ਪ੍ਰਸ਼ਾਦ ਵਰਸਾਇਆ, ਦੁਨੀਆਂ ਨੂੰ ਧੋਖੇ 'ਚ ਨਹੀਂ ਰੱਖਿਆ। ਇਹ ਨਹੀਂ ਕਿ ਸਾਧ ਸੰਗਤ ਜੀ ਜੋ ਸਾਨੂੰ ਚੰਗਾ ਲੱਗਦਾ ਗੁਰੂ ਸਾਹਿਬ ਨੇ ਉਹ ਸੁਣਾਇਆ। ਅੱਜ ਕੱਲ੍ਹ ਹੋ ਰਿਹਾ ਨਾ ਵੀ ਅਸੀਂ ਦੇਖੀਏ ਸਾਨੂੰ ਕੀ ਚੰਗਾ ਲੱਗਦਾ, ਉੱਦਾਂ ਦੀ ਗੱਲ ਕਰੀਏ।
ਜੋ ਗੁਰੂ ਸਾਹਿਬ ਸੱਚ ਕਹਿ ਰਹੇ ਨੇ ਉਹ ਨਾ ਕੋਈ ਸੁਣਨ ਵਾਸਤੇ ਤਿਆਰ ਹੈ ਅਤੇ ਨਾ ਕੋਈ ਕਹਿਣ ਵਾਸਤੇ ਤਿਆਰ ਹੈ, ਕਿਉਂਕਿ ਉਹ ਗੁਰੂ ਦੇ ਗਿਆਨ ਨੇ ਤੁਹਾਨੂੰ ਕਿਸੇ ਹੋਰ ਪਾਸੇ ਲੈ ਜਾਣਾ ਹੈ। ਸਾਧ ਸੰਗਤ ਇਹ ਦੁਨੀਆਂ 'ਚ ਨਹੀਂ ਰਹਿਣ ਦਿੰਦਾ, ਸਤਿਗੁਰਾਂ ਦਾ ਗਿਆਨ ਅੰਦਰੋਂ, ਮੈਂ ਬਾਹਰ ਦੀ ਗੱਲ ਨਹੀਂ ਕਰਦਾ, ਅੰਦਰ ਦੀ ਗੱਲ। ਸਾਧ ਸੰਗਤ ਹੁਣ ਗੁਰੂ ਸਾਹਿਬ ਉਹ ਹੁਣ ਦੇਖਦੇ ਨੇ ਸੇਠ ਸਟਾਣੀ ਵੀ ਪਾਤਸ਼ਾਹ ਕਿਰਪਾ ਕਰਨਗੇ ਬੱਚੇ ਨੂੰ ਜਿਉਂਦਾ, ਮਰਦਾਨਾ ਵੀ ਮਨੋ ਮਨ ਅਰਦਾਸਾਂ ਕਰਦਾ ਮਹਾਰਾਜ ਕਿਰਪਾ ਕਰੋ, ਪਰ ਗੁਰੂ ਸਾਹਿਬ ਨੇ ਕੋਈ ਹੋਰ ਬਖਸ਼ਿਸ਼ ਕਰਨੀ ਹੈ। ਜੋ ਗੁਰਬਾਣੀ ਦੇ ਵਿੱਚ ਬਚਨ ਕੀਤੇ ਨੇ, ਨਿੱਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਮਹਾਰਾਜ ਸੇਠ ਨੂੰ ਪੁੱਛਦੇ ਨੇ, ਸੇਠ ਜੀ ਬੱਚੇ ਨੂੰ ਕਿੰਨਾ ਕੁ ਪਿਆਰ ਕਰਦੇ ਹੋ? ਮਹਾਰਾਜ ਸਾਡਾ ਤਾਂ ਜੀਵਨ ਹੈ, ਜ਼ਿੰਦਗੀ ਹੈ, ਅਸੀਂ ਇਹਦੇ ਬਿਨਾਂ ਰਹਿ ਨਹੀਂ ਸਕਦੇ, ਸਾਡਾ ਇੱਕੋ ਇੱਕ ਪੁੱਤਰ ਹੈ। ਗੁਰੂ ਸਾਹਿਬ ਕਹਿੰਦੇ ਅੱਛਾ ਇੰਨਾ ਪਿਆਰ? ਹਾਂ ਮਹਾਰਾਜ ਬਹੁਤ ਪਿਆਰ ਹੈ। ਫਿਰ ਗੁਰੂ ਸਾਹਿਬ ਸਠਾਣੀ ਨੂੰ ਪੁੱਛਦੇ ਨੇ, ਬੀਬਾ ਤੂੰ ਦੱਸ ਆਪਣੇ ਬੱਚੇ ਨੂੰ ਕਿੰਨਾ ਕੁ ਪਿਆਰ ਕਰਦੀ ਹੈ? ਕਹਿੰਦੀ ਸਤਿਗੁਰੂ ਜੀ ਤੁਹਾਨੂੰ ਪਤਾ ਹੀ ਹੈ ਮਾਂ ਦਾ ਪੁੱਤਰ ਨਾਲ ਕਿੰਨਾ ਪਿਆਰ ਹੁੰਦਾ, ਇਹ ਬੱਚਾ ਮੇਰੀ ਜ਼ਿੰਦਗੀ ਹੈ, ਮੇਰੀ ਜਾਨ ਹੈ। ਐਸੇ ਬਚਨ ਉਸ ਬੀਬਾ ਨੇ ਕੀਤੇ ਅਤੇ ਗੁਰੂ ਸਾਹਿਬ ਹੁਣ ਕਹਿੰਦੇ ਅੱਛਾ ਭਾਈ ਇੰਨਾ ਪਿਆਰ ਕਰਦੇ ਹੋ? ਹਾਂ ਮਹਾਰਾਜ ਬੜਾ ਪਿਆਰ ਹੈ। ਗੁਰੂ ਸਾਹਿਬ ਕਹਿੰਦੇ ਬੱਚਾ ਜਿਉਂਦਾ ਹੋ ਸਕਦਾ ਹੈ, ਬੱਚਾ ਜਿਉਂਦਾ ਹੋ ਸਕਦਾ ਹੈ। ਚਿਹਰੇ 'ਤੇ ਖੁਸ਼ੀ ਆ ਗਈ। ਹੁਣ ਕਿਵੇਂ ਜਿਉਂਦਾ ਹੋ ਸਕਦਾ? ਗੁਰੂ ਸਾਹਿਬ ਕਹਿੰਦੇ ਇੱਕ ਤਰੀਕਾ ਹੈ ਇਸ ਬੱਚੇ ਦੇ ਜਿਉਂਦਾ ਹੋਣ ਵਾਸਤੇ, ਤੁਹਾਡੇ ਦੋਵਾਂ ਦੇ ਵਿੱਚੋਂ ਤੁਹਾਨੂੰ ਇੱਕ ਨੂੰ ਆਪਣਾ ਸਰੀਰ ਤਿਆਗਣਾ ਪੈਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੀ ਤੁਹਾਡੀ ਉਮਰ ਹੈ ਇਸ ਬੱਚੇ ਨੂੰ ਮਿਲ ਜੂਗੀ, ਤੁਸੀਂ ਤਾਂ ਸਾਰਾ ਕੁਛ ਦੇਖ ਲਿਆ, ਬਜ਼ੁਰਗ ਹੋ ਚੁੱਕੇ ਹੋ, ਸਾਰਾ ਕੁਛ ਤੁਸੀਂ ਦੇਖ ਲਿਆ। ਇੱਕ ਜਣਾ ਤੁਹਾਡੇ 'ਚੋਂ ਬੱਚੇ ਪਿੱਛੇ ਸਰੀਰ ਛੱਡ ਦੇ, ਬਸ ਇੰਨੀ ਗੱਲ ਕਹਿਣ ਦੀ ਸੀ। ਸਾਧ ਸੰਗਤ ਆਪਣੀ ਜ਼ਿੰਦਗੀ ਕਿਹਨੂੰ ਪਿਆਰੀ ਨਹੀਂ? ਮੰਜੇ 'ਤੇ ਪਿਆ ਹੋਵੇ ਬਜ਼ੁਰਗ, ਮਰਨ ਦੇ ਕਿਨਾਰੇ ਹੋਵੇ, ਫਿਰ ਵੀ ਅਸੀਂ ਯਤਨ ਕਰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ 4 ਦਿਨ ਹੋਰ ਕੱਟ ਲਏ। ਅਸੀਂ ਯਤਨ ਕਰਦੇ ਹਾਂ ਜੀਵਿਤ ਰਹਿਣ ਵਾਸਤੇ, ਸਾਡੀ ਜ਼ਿੰਦਗੀ ਦੇ ਯਤਨ ਨੇ। ਸਾਡੇ ਮਹਾਂਪੁਰਸ਼ਾਂ ਨੇ ਸਰੀਰ ਛੱਡਿਆ, ਮੈਂ ਕੋਲ ਸੀ ਸੱਚ ਜਾਣਿਓ, ਉਹਨਾਂ ਨੇ ਨਾ ਵਾਰ ਵਾਰ ਪੜ੍ਹਨਾ ਸ਼ੁਰੂ ਕਰਤਾ, ਮਰਨ ਕਾਲ ਕਾ ਤ੍ਰਾਸ ਨਵਰੀ ਹੈ, ਹੇ ਵਾਹਿਗੁਰੂ ਮੇਰੇ ਅੰਦਰੋਂ ਮੌਤ ਦਾ ਡਰ ਖਤਮ ਕਰ ਦੇ, ਮੈਨੂੰ ਮਰਨ ਲੱਗਿਆਂ ਅੰਦਰ ਭੈ ਨਾ ਹੋਵੇ। ਜਿਵੇਂ ਕਬੀਰ ਸਾਹਿਬ ਕਹਿੰਦੇ, ਕਬੀਰ ਜਿਸ ਮਰਨੇ ਤੇ ਜਗ ਡਰ ਹੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਉਂਕਿ ਸੱਚ ਦਾ ਪਤਾ ਲੱਗ ਗਿਆ ਕਿ ਇਸ ਸਰੀਰ ਨੇ ਇੱਕ ਦਿਨ ਮਰਨਾ, ਅੱਜ ਵੀ ਮਰਨਾ, ਕੱਲ ਵੀ ਤੇ ਪਰਸੋਂ ਵੀ ਮਰਨਾ, ਫਿਰ ਕਿਉਂ ਨਾ ਸੱਚ ਕਮਾ ਕੇ ਮਰੀਏ, ਸੱਚ ਨਾਲ ਜੁੜ ਕੇ ਮਰੀਏ। ਸਾਹਿਬਜ਼ਾਦਿਆਂ ਨੂੰ ਸੂਬੇ ਨੇ ਕਿਹੜਾ ਲਾਲਚ ਨਹੀਂ ਦਿੱਤਾ, ਤੁਹਾਨੂੰ ਬੇਗਮਾਂ ਦੇ ਡੋਲੇ ਦਵਾਂਗਾ, ਰਾਜ ਭਾਗ ਦਵਾਂਗਾ, ਦੁਨੀਆਂ ਦੇ ਸਾਰੇ ਸੁੱਖ ਦਵਾਂਗਾ। ਅਤੇ ਸਾਹਿਬਜ਼ਾਦਿਆਂ ਨੇ ਪਤਾ ਕੀ ਕਿਹਾ ਸੀ, ਕਿਉਂਕਿ ਉੱਥੇ ਜਾਗਰੂਕਤਾ ਸੀ, ਸੂਬਿਆ ਸਾਨੂੰ ਇਹ ਦੱਸ ਜੇ ਤੂੰ ਬੇਗਮਾਂ ਦੇ ਡੋਲੇ ਦੇ ਦਿੱਤੇ, ਜੇ ਤੂੰ ਦੁਨੀਆਂ ਦੇ ਸੁੱਖ ਦੇ ਦਿੱਤੇ, ਜੇ ਤੂੰ ਰਾਜ ਭਾਗ ਦੇ ਦਿੱਤਾ ਕੀ ਸਾਨੂੰ ਫਿਰ ਮੌਤ ਨਹੀਂ ਆਏਗੀ? ਐਡੀ ਵੱਡੀ ਗੱਲ ਸੁਣ ਕੇ ਸੂਬਾ ਆਲੇ ਦੁਆਲੇ ਦੇਖਣ ਲੱਗ ਪਏ, ਵਾਹਿਗੁਰੂ ਜੀ ਵਾਹ, ਸੂਬਿਆ ਸਾਡੇ ਗੁਰੂ ਦੀ ਪਿਤਾ ਦੀ ਸਭ ਤੋਂ ਵੱਡੀ ਬਖਸ਼ਿਸ਼ ਹੀ ਸਾਡੇ 'ਤੇ ਇਹੀ ਹੈ। ਗੁਰੂ ਨਾਨਕ ਦੇ ਘਰ ਵਿੱਚ ਗੱਲ ਹੀ ਮੌਤ ਤੋਂ ਸ਼ੁਰੂ ਹੁੰਦੀ ਹੈ,
ਇੱਥੇ ਮਰਨਾ ਹੀ ਸਿਖਾਇਆ। ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡੇ ਆਸ। ਕਹਿੰਦੇ ਗੁਰੂ ਸਾਹਿਬ ਤਾਂ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਇੱਕਦਮ। ਦਮ ਕੀ ਹੁੰਦਾ? ਸਾਹ ਬਾਹਰ ਨਿਕਲਿਆ ਪਤਾ ਨਹੀਂ ਮੁੜ ਕੇ ਵਾਪਸ ਆਵੇਗਾ ਵੀ। ਸਾਹਿਬ ਜਹਿੰਦੇ ਕਹਿੰਦੇ ਗੁਰੂ ਦਾ ਸਿੱਖ ਤੇ ਰਾਤ ਨੂੰ ਸੌਣ ਲੱਗਿਆ ਆਪਣਾ ਕੀਰਤਨ ਸੋਲਾ। ਬੋਲੋ, ਪੜ੍ਹ ਕੇ ਪੈਂਦਾ ਕੀਰਤਨ ਸੋਲਾ, ਪੜ੍ਹ ਕੇ ਪੈਂਦਾ ਗੁਰੂ ਦਾ ਸਿੱਖ ਵੀ ਸਵੇਰੇ ਉੱਠਣਾ ਤੇ ਪਤਾ ਨਹੀਂ ਉੱਠਣਾ। ਜੇ ਉੱਠਣਾ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ੀ। ਸਾਧ ਸੰਗਤ ਹੁਣ ਗੁਰੂ ਸਾਹਿਬ ਕਹਿੰਦੇ ਦੱਸੋ ਭਾਈ ਕੋਈ ਇੱਕ ਤੁਹਾਡੇ ਚੋਂ ਬੱਚੇ ਪਿੱਛੇ ਸਰੀਰ ਛੱਡੇ। ਕਹਿੰਦਾ ਉਹ ਕਹਿੰਦੇ ਮਹਾਰਾਜ ਕਿੱਥੇ, ਇੱਦਾਂ ਕਿਵੇਂ ਹੋ ਸਕਦਾ? ਤੁਸੀਂ ਬੱਚੇ ਨੂੰ ਜਿਉਂਦਾ ਕਰਨਾ ਕਰ ਦਿਓ, ਇਹ ਤਾਂ ਹੁਣ ਮਾਰੀ ਗਿਆ ਅਤੇ ਅਸੀਂ ਵੀ ਤਾਂ ਆਪਣੀ ਜ਼ਿੰਦਗੀ ਨੂੰ ਜਿਉਣਾ। ਧੰਨ ਹੈ ਗੁਰੂ ਨਾਨਕ ਦਾ ਘਰ ਇਤਿਹਾਸ ਪੜ੍ਹੀ ਦਾ ਨਾ। ਓਹੋ ਕਮਾਲ ਹੋ ਗਈ। ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ ਇੱਕ ਬ੍ਰਾਹਮਣ ਆਪਣੇ ਬੱਚੇ ਦੀ ਲਾਸ਼ ਲੈ ਕੇ ਆ ਗਿਆ। ਮਹਾਰਾਜ ਇਹ ਬੱਚੇ 'ਤੇ ਕਿਰਪਾ ਕਰੋ, ਇਹਦੀ ਮੌਤ ਹੋ ਗਈ, ਇਹਨੂੰ ਜਿੰਦਾ ਕਰੋ। ਗੁਰੂ ਸਾਹਿਬ ਦਇਆ ਦੇ ਘਰ 'ਚ ਆ ਕੇ ਕਹਿੰਦੇ ਭਾਈ ਹੈ ਤੇ ਪਰਮੇਸ਼ੁਰ ਦੇ ਹੁਕਮ 'ਚ, ਅਸੀਂ ਉਹਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ, ਪਰ ਜੇ ਕੋਈ ਪਰਉਪਕਾਰ ਕਰ ਸਕਦਾ ਇਸ ਬੱਚੇ ਬਦਲੇ ਆਪਣਾ ਸਰੀਰ ਤਿਆਗ ਸਕਦਾ ਤਾਂ ਪਰਮੇਸ਼ੁਰ ਇਸ ਬੱਚੇ ਨੂੰ ਸਵਾਸ ਬਖਸ਼ ਸਕਦਾ। ਸਾਧ ਸੰਗਤ, ਗੁਰੂ ਕਾ ਇੱਕ ਸਿੱਖ ਜਿਹਦਾ ਨਾਂ ਸੀ ਭਾਈ ਜੀਵਨ, ਜਿਹਨੇ ਕਿਸੇ ਨੂੰ ਸੰਗਤ 'ਚ ਦੱਸਿਆ ਨਹੀਂ, ਪਾਸੇ ਜਾ ਕੇ ਅਰਦਾਸ ਕੀਤੀ, ਧੰਨ ਗੁਰੂ ਹਰਿ ਸਾਹਿਬ ਜੀ ਉਸ ਬੱਚੇ ਨੂੰ ਜ਼ਿੰਦਗੀ ਬਖਸ਼ ਦਿਓ ਅਤੇ ਮੈਂ ਉਸ ਬੱਚੇ ਦੇ ਬਦਲੇ ਆਪਣਾ ਸਰੀਰ ਤਿਆਗ ਰਿਹਾ। ਇਹਨੂੰ ਇਹ ਪਰਉਪਕਾਰ ਗੁਰੂ ਨਾਨਕ ਦੇ ਘਰ ਤੋਂ ਮਿਲਦਾ। ਉਸ ਸਿੱਖ ਨੇ ਪਾਸੇ ਜਾ ਕੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਅਤੇ ਉਸ ਬ੍ਰਾਹਮਣ ਦੇ ਬੱਚੇ ਨੂੰ ਜ਼ਿੰਦਗੀ ਬਖਸ਼ ਦਿੱਤੀ। ਆਖੋ ਸਤਨਾਮ। ਪਰ ਅੱਜ ਮਾਂ ਪਿਓ ਜਦੋਂ ਮਹਾਰਾਜ ਨੇ ਕਿਹਾ ਇੱਕ ਦੂਜੇ ਦੇ ਪਿੱਛੇ ਤੁਰ ਪਏ, ਇੱਦਾਂ ਕਿਵੇਂ ਹੋ ਸਕਦਾ? ਨਿੱਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ। ਸਾਧ ਸੰਗ ਕਿੰਨਾ ਵੀ ਗੂੜਾ ਰਿਸ਼ਤਾ ਹੋਵੇ ਉਹਦੇ ਪਿੱਛੇ ਕੋਈ ਨਾ ਕੋਈ ਸਵਾਰਥ ਜੁੜਿਆ ਹੁੰਦਾ। ਜੇ ਸਾਡਾ ਬੱਚਾ ਲਾਇਕ ਹੈ, ਚੰਗਾ ਹੈ, ਗੁਣਕਾਰੀ ਹੈ, ਪੈਸੇ ਕਮਾ ਕੇ ਲਿਆਉਂਦਾ, ਤੁਹਾਨੂੰ ਸੰਭਾਲਦਾ ਅਤੇ ਬੜਾ ਚੰਗਾ ਲੱਗਦਾ, ਪਰ ਉਹ ਲੋਕ ਵੀ ਦੇਖੇ ਨੇ ਜਿਹੜੇ ਕਹਿੰਦੇ ਆਪਣੇ ਪੁੱਤਰ ਨੂੰ ਇਹਦੇ ਨਾਲੋਂ ਮਰ ਜਾਂਦਾ ਤਾਂ ਚੰਗਾ ਸੀ। ਉੱਥੇ ਕਿੱਥੇ ਗਿਆ ਪਿਆਰ ਬਈ? ਪਿਆਰ ਤਾਂ ਫਿਰ ਸਵਾਰਥ ਹੈ। ਸਾਧ ਸੰਗਤ, ਹੁਣ ਗੁਰੂ ਸਾਹਿਬ ਰੱਬ ਨਾਲ ਜੋੜਨ ਵਾਸਤੇ ਇਹ ਗਿਆਨ ਸਾਨੂੰ ਬਖਸ਼ਦੇ ਨੇ ਅਤੇ ਸਾਧ ਸੰਗਤ ਹੁਣ ਹੋਇਆ ਕਿ ਉਹ ਦੋਵੇਂ ਸੇਠ ਅਤੇ ਸਟਾਣੀ ਖਿਸਕ ਗਏ ਅਤੇ ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆਂ ਆਹ ਸੱਚ ਸੰਸਾਰ ਦੇ ਸਾਹਮਣੇ ਲਿਆ ਲੈ ਕੇ ਆਉਣਾ ਹੈ। ਆਹ ਸੱਚ ਸੱਚ ਆਹ ਸੱਚ ਦਿਖਾਉਣਾ ਸੰਸਾਰ ਨੂੰ। ਇੱਥੇ ਸਾਰੇ ਰਿਸ਼ਤੇ ਝੂਠੇ ਨੇ, ਕਹਿਣ ਦਾ ਭਾਵ ਕੀ ਹੈ ਕਿ ਤੂੰ ਦੁਨੀਆ ਪਿੱਛੇ ਲੱਗ ਕੇ ਆਪਣਾ ਦੀਨ ਨਾ ਗਵਾ ਪਿਆਰਿਆ, ਪਾਲ ਧੀਆਂ ਪੁੱਤਰਾਂ ਨੂੰ, ਬਣਾ ਘਰ, ਸਾਰਾ ਕੁਛ ਕਰ। ਗੁਰੂ ਨਾਨਕ ਘਰ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ, ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਰਹਿ ਧੀਆਂ ਪੁੱਤਰਾਂ 'ਚ, ਰਹਿ ਸੰਸਾਰ 'ਚ, ਬਣਾ ਕੋਠੀਆਂ, ਪਰ ਸੁਰਤ ਕਰਕੇ ਨਾ ਜੁੜ। ਵਾਹਿਗੁਰੂ ਜੀ। ਸੁਰਤ ਕਰਕੇ ਜਾਗ, ਸੁਰਤ ਤੇਰੀ ਇਹਨਾਂ ਚੀਜ਼ਾਂ 'ਚ ਖੁਬੇ ਨਾ। ਘਰ 'ਚ ਤੂੰ ਬੈਠੇ, ਤੈਨੂੰ ਅੰਦਰੋਂ ਪਤਾ ਹੋਵੇ ਵੀ ਇਹ ਘਰ ਇੱਕ ਦਿਨ ਛੱਡ ਕੇ ਜਾਣਾ, ਬੱਚਿਆਂ 'ਚ ਬੈਠਾ ਹੋਵੇ ਤਾਂ ਤੈਨੂੰ ਅੰਦਰੋਂ ਅਹਿਸਾਸ ਹੋਵੇ ਇੱਕ ਦਿਨ ਬੱਚੇ
ਛੱਡ ਕੇ ਜਾਣੇ ਨੇ, ਇੱਕ ਦਿਨ ਇਹ ਸੰਸਾਰ ਛੱਡ ਕੇ ਜਾਣਾ, ਇਹ ਜਾਗਰੂਕਤਾ ਤਾਂ ਆਪਦੇ ਅੰਦਰ ਪੈਦਾ ਕਰਨੀ ਹੈ ਪਿਆਰਿਆ। ਸਾਧ ਸੰਗਤ ਇਹੀ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਅਤੇ ਪਿਆਰਿਓ ਹੁਣ ਫਿਰ ਉੱਥੇ ਕਹਿੰਦੇ ਮਰਦਾਨਾ, ਕਹਿੰਦਾ ਮਹਾਰਾਜ ਫਿਰ ਬੱਚੇ 'ਤੇ ਤਰਸ ਕਰੋ। ਗੁਰੂ ਸਾਹਿਬ ਕਹਿੰਦੇ ਹੈ ਅਤੇ ਉਹਦਾ ਹੁਕਮ, ਕਿਉਂਕਿ ਗੁਰਬਾਣੀ ਕਹਿੰਦੀ ਜਿਹਾ ਚਿਰੀ ਲਿਖਿਆ ਤਵੇਹਾ ਤਵੇਹੋ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਪਰ ਫਿਰ ਵੀ ਪਾਤਸ਼ਾਹ ਨੇ ਤਰਸ ਕੀਤਾ, ਜਲ ਮੰਗਾਇਆ, ਗੁਰੂ ਕੀ ਬਾਣੀ ਜਪਜੀ ਸਾਹਿਬ ਦਾ ਪਾਠ ਕੀਤਾ, ਛਿੱਟੇ ਮਾਰੇ ਅਤੇ ਬੱਚੇ ਨੂੰ ਜ਼ਿੰਦਗੀ ਬਖਸ਼ ਦਿੱਤੀ। ਆਖੋ ਸਤਨਾਮ, ਕਿਉਂਕਿ ਸਤਿਗੁਰੂ ਪਰਉਪਕਾਰੀ ਨੇ। ਅਤੇ ਪਿਆਰਿਓ ਇਹ ਬਖਸ਼ਿਸ਼ਾਂ ਗੁਰੂ ਨਾਨਕ ਘਰ ਤੋਂ, ਤਾਂ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਭਾਈ ਨਾਨਕ ਥਿਰ ਹਰ ਭਗਤ ਹੈ ਤੈ ਰੱਖੋ ਮਨ ਮਨ। ਆਹ ਗੱਲ ਪੰਨੇ ਪੱਲੇ ਬੰਨ੍ਹ ਕੇ ਲੈ ਕੇ ਜਾਣੀ ਹੈ। ਅਸੀਂ ਗੁਰੂ ਘਰ ਚ ਆ ਕੇ ਕੀ ਲੈ ਕੇ ਜਾਂਦੇ ਹਾਂ, ਇੱਥੋਂ ਦੇਖੋ ਤਾਂ ਕੀ ਲੈ ਕੇ ਜਾਂਦੇ ਹਾਂ। ਅੱਜ ਨਾ ਸੋਚਿਓ, ਸੋਚਿਓ ਇਸ ਗੱਲ 'ਤੇ ਧਿਆਨ ਦਿਓ ਵੀ ਅਸੀਂ ਅੱਜ ਗੁਰੂ ਘਰ ਤੋਂ ਕੀ ਲੈ ਕੇ ਆਇਆ। ਐਵੇਂ ਧੋਖਾ ਇੱਕ ਦੂਜੇ ਨਾਲ, ਬਸ ਮੈਂ ਤਾਂ ਤੈਨੂੰ ਹੀ ਪਿਆਰ ਕਰਦਾ, ਬਸ ਮੈਂ ਤਾਂ ਇੱਕ ਦੂਜੇ ਨਾਲ ਈਰਖਾ, ਹੋਰ ਬੜਾ ਕੁਛ ਹੈ। ਤਦ ਫਰੀਦ ਜੀ ਨੇ ਕਿਹਾ, ਕਹਿੰਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ। ਇਹ ਜਿਹੜੇ ਟੋਏ ਟਿੱਬੇ ਹੈ ਨਾ ਮਨ 'ਚ ਪਏ, ਇਹਨਾਂ ਨੂੰ ਮੈਦਾਨ ਬਣਾ ਲੈ ਜੇ ਸੁਖੀ ਹੋਣਾ। ਆ ਟੋਏ ਟਿੱਬੇ ਪਏ ਹੋਏ ਨੇ ਅੰਦਰ ਇੱਕ ਦੂਜੇ ਤੋਂ, ਖਾਮ ਖਾਂ ਦੀ ਪਰੇਸ਼ਾਨੀ ਜਿਹਦਾ ਅਰਥ ਕੋਈ ਨਹੀਂ ਹੈ, ਬੇਅਰਥ ਹੀ ਅਗਿਆਨ ਵੱਸ ਹੋ ਕੇ ਬੰਦਾ ਸਾਰਾ ਕੁਛ ਕਰ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਮਿਹਰ ਕਰਨ ਸਾਡੇ ਸਾਰਿਆਂ 'ਤੇ, ਤਰਸ ਕਰਨ ਸਾਨੂੰ ਮਹਾਰਾਜ, ਜਾਗਣ ਦਾ ਬਲ ਬਖਸ਼ਣ, ਅਸੀਂ ਜਾਗ ਪਈਏ। ਬਸ ਅੱਜ ਜਾਗਰੂਕਤਾ ਦੀ ਘਾਟ ਹੈ, ਇਸੇ ਕਰਕੇ ਸਾਡੇ 'ਚ ਅੱਜ ਪਿਆਰ ਨਹੀਂ ਰਿਹਾ, ਏਕਤਾ ਨਹੀਂ ਰਹੀ। ਸਾਧ ਸੰਗਤ ਜੋ ਆਨੰਦ ਵਰਤਣਾ ਚਾਹੀਦਾ ਗੁਰੂ ਘਰਾਂ 'ਚ, ਉਹ ਨਹੀਂ ਵਰਤ ਰਿਹਾ। ਇਸ ਕਰਕੇ ਸਾਧ ਸੰਗਤ ਆਓ, ਹੁਣ ਸਾਰੇ 2 ਮਿੰਟ ਤੁਹਾਡੇ ਲੈਣੇ, ਵਾਹਿਗੁਰੂ ਦੇ ਸਿਮਰਨ ਨਾਲ, ਭਗਤੀ ਨਾਲ ਜੁੜੀਏ, ਕੋਈ ਰਸਨਾ ਬਾਂਝੀ ਨਾਲ, ਪੂਰੀ ਇਮਾਨਦਾਰੀ ਨਾਲ ਨਾ ਸਾਵਧਾਨ ਹੋ ਕੇ ਬੈਠੋ। ਇਹ ਨਹੀਂ ਵੀ ਸਰੀਰ ਬੈਠਾ, ਖਿਆਲ ਕਿਤੇ ਹੋਰ ਨੇ, ਇਹ ਖਿਆਲ ਹੀ ਬੰਧਨ ਨੇ ਸਾਡੇ, ਖਿਆਲ ਹੀ ਸਭ ਤੋਂ ਵੱਡੀ ਰੁਕਾਵਟ, ਖਿਆਲ ਹੀ ਸਾਡਾ ਸੰਸਾਰ ਹੈ। ਅਤੇ ਸਾਧ ਸੰਗਤ ਆਓ, ਉਸ ਸੱਚੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਕੋਈ ਰਸਨਾ ਬਾਂਝੀ ਨਾਲ ਰਹੇ। ਮਹਾਰਾਜ ਅੱਗੇ ਅਰਦਾਸ ਕਰੀਏ, ਪਾਤਸ਼ਾਹ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕੋਈ ਰਸਨਾ ਬਾਂਝੀ ਨਾਲ ਸਾਰੇ ਜਾਪ ਕਰੋ, ਫਿਰ ਸਮਾਪਤੀ ਕਰੀਏ। ਆਨੰਦ ਲੈ ਕੇ ਪੜ੍ਹੋ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜੁੜੋ ਕਰੋ ਬੇਨਤੀ ਭੈਣਾਂ ਸਾਰੀਆਂ, ਨਾਨਕ ਆਪਣੀ ਭਗਤੀ ਲਾਏ। ਕਿਰਤ ਕਿਰਤ ਤਬ ਆਇਆ, ਕਿਰਤ ਕਿਰਤ ਤਬ ਆਇਆ,
ਫਿਰਤ ਪ੍ਰਭ ਆਪਣੀ ਭਗਤੀ ਜੁੜੋ ਜੁੜੋ ਮਨ ਨਾਨਕ ਕੀ ਆਪਣੀ ਭਗਤੀ ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ ਜੁੜੋ ਆਹ
ਸੰਗਤ ਗੁਰੂ ਸਾਹਿਬ ਨੇ ਮੇਰੀ ਬੜੀ ਮਿਹਰ ਕੀਤੀ ਹੈ। ਗੁਰੂ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ ਹੈ ਮਹਾਰਾਜ। ਸਾਰੀ ਸੰਗਤ 'ਤੇ ਕਿਰਪਾ ਕਰਨ, ਸਾਰਿਆਂ ਨੂੰ ਭਗਤੀ ਦੀ ਦਾਤ ਬਖਸ਼ਣ, ਸਾਰਿਆਂ ਦੇ ਅੰਦਰੋਂ ਆਵਾਜ਼ ਆਵੇ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਇੱਕੋ ਹੀ ਚਾਓ, ਬਸ ਤੇਰੇ ਗੁਣ ਗਾਉਂਦਾ ਰਵਾਂ, ਤੇਰੀ ਸਿਫਤ ਕਰਦਾ ਰਵਾਂ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤੇਰਾ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਸਦਾ ਹੀ ਵਸ ਤੇਰੀ ਸਿਫਤ ਤੇਰੀ ਸਲਾਹ, ਤੇਰਾ ਨਾਮ ਮੇਰੇ ਮਨ 'ਚ ਵਸਦੇ, ਇਹੀ ਜ਼ਿੰਦਗੀ ਦਾ ਲਕਸ਼ ਹੈ। ਸੋ ਆਓ ਹੁਣ ਸਮਾਪਤੀ ਹੈ, ਸਾਰੀ ਸੰਗਤ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਸੂਤਾ ਜਿਨ੍ਹਾਂ ਨੇ ਖੰਡਪੜ ਸਾਹਿਬ ਦੀ ਸੇਵਾ ਨਿਭਾਈ ਹੈ। ਕੱਲ੍ਹ ਉਹਨਾਂ ਦੀ ਬੱਚੀ ਮਹਾਰਾਣੀ ਕੌਰ ਦਾ ਜਨਮ ਦਿਨ ਸੀ, ਅਤੇ ਵੀ ਅਰਦਾਸ ਕਰਨੀ ਮਹਾਰਾਜ ਕਿਰਪਾ ਕਰਨ ਉਸ ਬੱਚੀ ਨੂੰ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਣ, ਚੰਗੀ ਮੱਤ ਬੁੱਧ ਬਖਸ਼ਣ, ਜੀਵਨ 'ਚ ਵਿਵੇਕ ਬਖਸ਼ਣ। ਸਾਧ ਸੰਗਤ ਵਿਵੇਕ ਪਤਾ, ਵਿਵੇਕ ਹੁੰਦਾ ਸਾਨੂੰ ਪਤਾ ਹੋਵੇ ਚੰਗਾ ਕੀ ਹੈ ਅਤੇ ਮਾੜਾ ਕੀ ਹੈ, ਅਸੀਂ ਚੰਗਾ ਗ੍ਰਹਿਣ ਕਰੀਏ ਅਤੇ ਮਾੜਾ ਛੱਡੀਏ। ਸਾਧ ਸੰਗਤ ਅਤੇ ਗੁਰੂ ਸਾਹਿਬ ਮਿਹਰ ਕਰਨ, ਸਾਰਿਆਂ ਪ੍ਰਬੰਧਕਾਂ ਦਾ ਧੰਨਵਾਦ, ਖਾਲਸਾ ਜੀ ਮਾਸਟਰ ਜੀ ਸਾਰੇ ਜਿੰਨੇ ਵੀ ਪ੍ਰਬੰਧਕ ਨੇ, ਹੋਰ ਗੁਰਮੁਖ ਪਿਆਰੇ ਬੈਠੇ ਨੇ। ਸੋ ਮੇਰੀ ਬੇਨਤੀ ਹੈ ਸੰਗਤ ਨੂੰ, ਬਸ ਲਾਹਾ ਲਈਏ, ਇਹੀ ਜੀਵਨ ਦਾ ਆਨੰਦ ਹੈ। ਹੁਣ ਆਓ ਸਾਰੇ ਆਨੰਦ ਸਾਹਿਬ ਦੇ ਵਿੱਚ ਜੁੜੋ ਅਤੇ ਫਿਰ ਸਮਾਪਤੀ ਕਰੀਏ। ਜਿਹੜੇ ਹੁਣ ਤੱਕ ਨਹੀਂ ਬੋਲੇ ਆਨੰਦ ਸਾਹਿਬ ਜ਼ਰੂਰ ਹਾਜ਼ਰੀ ਲਵਾਇਓ ਭਾਈ ਗਜ ਵੱਜ ਕੇ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਾਰੇ ਜੁੜੋ ਹਰੀ ਕੇਰਾ ਮਨ ਜਨੀ ਵਸਾਇਆ, ਬੋਲੋ ਸਾਰੀਆਂ ਭੈਣਾਂ ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਜਿਹੀ ਕਾਰੋ ਕਰੇ ਤੇਰਾ ਕਾਰਜ ਸਭ ਵਿਸਾਰਨਾ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਤੇਰਾ।
ਸਿਫਤ ਸਲਾਹਾ ਤੇਰੀ ਨਾਮ ਮਨ ਸੁਆਵੇ ਨਾਮ ਦਿਲ ਤੈ ਮਾਨੋ ਵਧਿਆ ਬਾਜੇ ਸ਼ਬਦ ਕਨੇਰੇ ਜਿਨ ਭੁੱਖਾਂ ਸਭ ਗਵਾਈਆਂ ਨਾਮ ਸੁਖ ਮਨ ਆਏ ਬਸਿਆ ਜਿਨੀ ਇੱਛਾ ਸਭ ਰੂਪ ਜਾਣ ਤਾ ਗੁਰਬਾਨ ਜਿਸਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਨਿਰਾਲਾ ਵਾਜੇ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਤਹ ਨਾਨਕ ਤੈ ਸੁਖ ਹੋਆ ਜਿਸ ਕਾਰਿਆ ਨੂੰ ਹੱਥ ਵਾਰੀ ਨਾਮ ਸੁਣੋ ਵਡ ਪਾ ਦਿਓ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਪਵਿੱਤ ਸਤਿਗੁਰ ਰਹਾ ਭਰਪੂਰੇ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਵਾਦ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਰਾਤ ਕੋਈ ਦਾਈ ਦਾਇਆ ਕੇ ਲੈ ਸਗਲ ਜਾਗੋ ਚੰਗਿਆਈਆਂ ਬੁਰਿਆਈਆਂ ਬਾਜੇ ਕਰਮ ਕਰਮੀ ਆਪੋ ਆਪਣੀ ਕੇ ਨੇੜਕ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਾਂਜੀ ਬੋਲੇ ਸੋ ਨਿਹਾਲ ਜੋ ਬੋਲੇ ਸੋ ਨਿਹਾਲ ਰਾਜ ਕਰੇਗਾ ਪੰਥ ਕੀ ਦੇਗ ਤੇਗ ਉਹ ਦੇਗ ਤੇਗ ਉਹ ਝੂਲ ਤੇ ਨਿਸ਼ਾਨ ਰਹਿਣ ਸੱਜ ਦੇ ਦੀਵਾਨ ਰਹਿਣ ਉਹ ਝੂਲ ਤੇ ਨਿਸ਼ਾਨ ਰਹਿਣ ਉਹ ਸੱਜ ਦੇ ਦੀਵਾਨ ਰਹਿਣ ਬੁੱਲ ਸੋ ਨਿਹਾਲ ਜੋ ਬੁੱਲ ਸੋ ਨਿਹਾਲ ਰਾਜ ਕਰੇਗਾ ਰਾਜ ਕਰੇਗਾ ਪੰਥ ਕੀ ਪੰਥ ਕੀ ਜਗਾਰਾ ਗਜਾਵੇ ਨਿਹਾਲ ਹੋ ਜਾਵੇ ਸਿੰਘਾਂ ਸ਼ਹੀਦਾਂ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਆਓ ਸਾਧ ਸੰਗਤ ਇਹਨਾਂ ਸਮਾਂ ਪ੍ਰਵਾਨ
ਹੋਈ ਆ ਫੁੱਲਾਂ ਦੀ ਖੇਵਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੇ ਅਰਦਾਸ ਪਿੰਡ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਤਿੰਨ ਤਾਪ ਨਿਵਾਰਨ ਹਾਰਾ ਦੁਖਨ ਤਾਂ ਸੁਖਰਾਸ ਤਾਂ ਕੋ ਵਿਘਨਾ ਕੂ ਲਾਗੈ ਜਾਂ ਕਿ ਪ੍ਰਭ ਆ ਗਿਆ ਅਰਦਾਸ ਅਰਦਾਸ ਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਧਾਏ ਸਭ ਥਾਈ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋ ਪਾਤਸ਼ਾਹੀ ਜੀ ਕੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਕੇ ਪਾਠ ਦਰਸ਼ਨ ਦਿਦਾਰਿਆਂ ਕਾ ਧਿਆਨ ਤਰਕੇ ਗੁਰੂ ਖਾਲਸਾ ਜੀ ਸਾਹਿਬ ਬੋਲੋ ਜੀ ਸਾਹਿਬਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤਪੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਕਾ ਧਿਆਨ ਤਰਕੇ ਗੁਰੂ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਚਰਖੜੀਆਂ ਤੇ ਚੜੇ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਗੁਰੂ ਖਾਲਸਾ ਜੀ ਸਾਹਿਬ ਬੋਲੋ ਜੀ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਰਸ਼ਰਿਆ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਹੇ ਗੁਰਦੇਵ ਪਿਤਾ ਆਪ ਜੀ ਕੇ ਪਿਆਰੇ ਗੁਰਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਤ ਕੇ ਰਾਖੇ ਆਪੇ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣਾ ਜੀ ਸੱਚੇ ਪਿਤਾ ਆਪਣੇ ਪਿਆਰੇ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਹੇ ਨਿਮਾਣਿਆਂ ਕੇ ਮਾਣ ਸਤਿਗੁਰੂ ਨਿਓਟਿਆਂ ਕੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਹੈ ਪਾਤਸ਼ਾਹ ਹਫ਼ਤਾਵਾਰੀ ਦੀਵਾਨ ਸਜੇ ਨੇ ਮਹਾਰਾਜ ਸਜੇ ਦੀਵਾਨਾਂ 'ਚ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ ਕੀਰਤਨ ਹੋਇਆ ਮਹਾਰਾਜ ਗੁਰਮਤਿ ਵਿਚਾਰਾਂ ਹੋਈਆਂ ਮਹਾਰਾਜ ਜੀ ਕਿਰਪਾ ਕਰਨੀ ਸਾਰੀ ਸੰਗਤ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ
ਸਾਰਿਆਂ ਦੇ ਹਿਰਦੇ ਦੇ ਵਿੱਚ ਗੁਰਮਤਿ ਦਾ ਚਾਨਣ ਕਰਨਾ, ਪ੍ਰਕਾਸ਼ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਆਪ ਦੇ ਨਾਮ ਨਾਲ ਜੋੜਨਾ, ਸਾਰਿਆਂ ਨੂੰ ਪ੍ਰੇਮਾ ਭਗਤੀ ਬਖਸ਼ਣੀ, ਸਾਰਿਆਂ ਦੇ ਅੰਦਰ ਨਾਮ ਦੀ ਭੁੱਖ ਪੈਦਾ ਕਰਨੀ ਮੇਰੇ ਸੱਚੇ ਪਾਤਸ਼ਾਹ, ਆਪ ਜੀ ਨੇ ਮਿਹਰ ਕਰਨੀ ਗਰੀਬ ਨਿਵਾਸ ਸਤਿਗੁਰੂ, ਆਪ ਜੀ ਕਿਰਪਾ ਕਰੋ ਮਹਾਰਾਜ, ਆਪ ਜੀ ਤਰਸ ਕਰੋ ਬੱਚਿਆਂ 'ਤੇ, ਤੋਰ ਭਜਨ ਕੀ ਰਹਿ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਧਿਆਊਂ, ਜੋ ਵਰ ਚਾਹੂੰ ਸੋ ਤੁਮ 'ਤੇ ਪਾਊਂ, ਇਹ ਬਖਸ਼ਿਸ਼ ਮਹਾਰਾਜ ਕਿਰਪਾ ਕਰੋ। ਇਹ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ ਸ੍ਰੀ ਅਖੰਡਪੜ ਸਾਹਿਬ ਦੀ ਸੇਵਾ ਕਰਾਈ ਹੈ, ਰੁਮਾਲਾ ਸਾਹਿਬ ਜੀ ਦੀ ਸੇਵਾ, ਦੇਗ ਦੀ ਸੇਵਾ ਅਤੇ ਅੱਜ ਦੇ ਲੰਗਰ ਦੀ ਸੇਵਾ, ਬੱਚੀ ਮਹਾਰਾਣੀ ਕੌਰ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਮਹਾਰਾਜ ਗੁਰਮੁਖ ਪਰਿਵਾਰ ਨੇ ਸੇਵਾ ਨਿਭਾਈਆਂ ਨੇ। ਆਪ ਜੀ ਨੇ ਕਿਰਪਾ ਕਰਨੀ ਬੱਚੀ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣਾ, ਪਾਤਸ਼ਾਹ ਕਿਰਪਾ ਕਰੋ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੈ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੀ ਆਪ ਦੇ ਘਰ ਤੋਂ ਆਪ ਦੀ ਬੱਚੀ ਨੂੰ ਵਿਵੇਕ ਬਖਸ਼ਣਾ, ਸੱਚੇ ਪਾਤਸ਼ਾਹ ਜੀ ਆਪ ਨੇ ਮਿਹਰਾਂ ਕਰਨੀਆਂ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀ ਬਖਸ਼ਣੀ, ਆਪ ਜੀ ਨੇ ਚੰਗੀ ਸੋਚ ਜੀਵਨ ਦੇ ਵਿੱਚ ਚੰਗੀ ਵਿੱਦਿਆ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਆਪ ਜੀ ਦੇ ਮਾਂ ਪਿਓ ਦਾ, ਆਪ ਜੀ ਦਾ ਭੈ ਅਦਬ ਆਪ ਜੀ ਨੇ ਮਿਹਰ ਕਰਨੀ, ਬਖਸ਼ਿਸ਼ ਕਰਨੀ, ਆਪ ਜੀ ਨੇ ਰੱਖਣ ਦਾ ਬਲ ਬਖਸ਼ਣਾ ਮੇਰੇ ਸੱਚੇ ਪਾਤਸ਼ਾਹ। ਇਹ ਸਤਿਗੁਰੂ ਗੁਰਮੁਖ ਪਰਿਵਾਰ ਦੀ ਸੇਵਾ ਥਾਏ ਪਾਉਣੀ ਮਹਾਰਾਜ, ਹੋਰ ਵੀ ਬੇਅੰਤ ਸੰਗਤਾਂ ਨੇ ਤਨ ਮਨ ਧਨ ਕਰਕੇ ਸੇਵਾ ਕੀਤੀ ਹੈ, ਸਭ ਦੀ ਸੇਵਾ ਆਪ ਜੀ ਨੇ ਆਪ ਦੇ ਦਰ ਕਰ ਪ੍ਰਵਾਨ ਕਰਨੀ, ਸਭ ਦੇ ਖਜ਼ਾਨੇ ਭਰਪੂਰ ਕਰਨੇ, ਪਾਤਸ਼ਾਹ ਬਰਕਤਾਂ ਬਖਸ਼ਣੀਆਂ। ਆਪ ਜੀ ਕਿਰਪਾ ਕਰੋ ਪਾਤਸ਼ਾਹ, ਹੁਕਮਨਾਮਾ ਬਖਸ਼ੋ, ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਹੁਕਮ 'ਤੇ ਚੱਲਣ ਦਾ ਬਲ ਬਖਸ਼ੋ। ਸਹੀ ਪਿਆਰੇ ਮਿਲੋ, ਜਿਹਨਾਂ ਮਿਲਿਆਂ ਤੇਰਾ ਨਾਮ ਚੇਤਾਵੇ, ਧੰਨ ਗੁਰੂ ਨਾਨਕ ਨਾਮ ਚੜ੍ਹਦੇ। ਵਾਹਿਗੁਰੂ ਜੀ ਕਾ ਖਾਲਸਾ, ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ, ਰਾਜ ਕਰੇਗਾ ਖਾਲਸਾ, ਕੁਆਰ ਹੋਏ ਸਭ ਮਿਲਾਂਗੇ, ਕੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਸਾਹਿਬ ਜੀ। ਚਤੁਰ ਦਿਸ਼ਾ ਕੀ ਨੋ ਬਲ ਅਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁਖ ਵਿਧਾਰਿਓ। ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ, ਦਿਆਲ ਪੁਰਖ ਬਖ ਸੰਦ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸਚ ਹੋਵੇ। ਹੋਵੇ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਝਟੀਐ, ਤੁਧ ਡਿੱਠੇ ਸੱਚੇ ਪਾਤ ਸਹ ਮਲ ਜਨਮ ਜਨਮ ਦੀ ਕੱਟੀਐ। ਤੁਧ ਡਿੱਠੇ ਸੱਚੇ ਪਾਤ ਸਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਵਾ, ਜਿਨ ਵਿੱਚ ਹੋ ਆਪ ਗਵਾਇਆ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਵਾ, ਜਿਨ ਵਿੱਚ ਹੋ ਆਪ ਗਵਾਇਆ। ਅਨ ਦਿਨ ਗੁਣ ਗਾਵੇ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ, ਸਭ ਦੇ ਹੋ ਮੈਂ ਮਾਰੀ। ਗਿਰਹਿ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰੱਖਿਆ ਉਰ ਧਾਰੀ। ਇਹੋ ਮਨਵਾ ਦਹਿ ਦਿਸ ਧਾਵਦਾ, ਦੂਜੈ ਪਾਏ ਖੁਆਇਆ। ਮਨ ਮੁਖ ਮੁਗਦ ਹਰ ਨਾਮ ਨ ਚਿਤੈ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾ ਨਾਉ ਪਾਏ,
ਹਉ ਮੈਂ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵੇ ਹੈ, ਗੁਰ ਕੈ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰੱਖਿਆ ਔਰ ਧਾਰੀ। ਨਾਨਕ ਨਾਵ ਗਤ ਮਤ ਪਾਈ, ਇਹਾ ਰਾਸ ਹਮਾਰੀ। ਹਰ ਜਨ ਸਾਚੇ ਸਾਚ ਕਮਾਵੇ ਹੈ, ਗੁਰ ਕੈ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰੱਖਿਆ ਔਰ ਧਾਰੀ। ਨਾਨਕ ਨਾਵ ਗਤ ਮਤ ਪਾਈ, ਇਹਾ ਰਾਸ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ,